Dear friends, I'm Navneet Jain, Managing Director at Jain's International Isles and Immigration Services, Faridkot. And from last 5 years, we are into this immigration business. We are authorized ICCRC agents, and countries we are dealing right now is Canada, Australia, UK, and some parts of Germany. ਤੁਸੀਂ ਸਾਡੇ ਕੋਲੇ ਵਿਜ਼ਿਟ ਕਰ ਸਕਦੇ ਹੋ ਕਿਸੇ ਵੀ ਵੀਜ਼ਾ ਰਿਲੇਟਡ ਇਨਕੁਆਇਰੀ ਲਈ, ਆਇਲਸ ਕਲਾਸਿਸ ਲਈ, ਪੀਟੀਈ ਕਲਾਸਿਸ ਲਈ, ਐਂਡ ਮੈਂ ਤੁਹਾਨੂੰ ਇਸ ਚੀਜ਼ ਦੀ ਅਸ਼ੋਰੈਂਸ ਦਿੰਦਾ ਕਿ ਤੁਸੀਂ ਸਾਡੇ ਕੋਲੇ ਆਉਂਗੇ ਤਾਂ ਬਿਲਕੁਲ ਵੀ ਡਿਸਅਪੁਆਇੰਟ ਨਹੀਂ ਹੋਵੋਗੇ। ਵੀ ਆਰ ਡੂਇੰਗ ਵੈਰੀ ਔਥੈਂਟਿਕ ਵਰਕ, ਅਸੀਂ ਕਿਸੇ ਤਰੀਕੇ ਦੀ ਕੋਈ ਬਲੱਫਬਾਜ਼ੀ, ਕਿਉਂਕਿ ਆਲਰੇਡੀ ਇਸ ਲਾਈਨ ਦੇ ਅੰਦਰ ਕਾਫੀ ਲੋਕਾਂ ਨਾਲ ਕਈ ਤਰ੍ਹਾਂ ਦੇ ਧੋਖੇ ਵੀ ਹੋ ਜਾਂਦੇ ਆ ਅਤੇ ਕਈ ਤਰ੍ਹਾਂ ਦੇ ਠੱਗੀਆਂ ਦਾ ਵੀ ਸਾਹਮਣਾ ਕਰਨਾ ਪੈਂਦਾ ਲੋਕਾਂ ਨੂੰ, ਬਟ ਤੁਸੀਂ ਸਾਡੇ ਕੋਲੇ ਆਉਂਗੇ ਇਸ ਤਰੀਕੇ ਦੀ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਏਗੀ। ਐਂਡ ਮੋਰ ਓਵਰ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਫਰੋਮ ਲਾਸਟ 15 ਈਅਰਸ ਵੀ ਆਰ ਇਨ ਟੂ ਅਦਰ ਬਿਜ਼ਨਸਿਸ ਆਲਸੋ। ਇਮੀਗ੍ਰੇਸ਼ਨ ਲਾਈਨ ਦੇ ਅੰਦਰ ਅਸੀਂ ਪਿਛਲੇ 5 ਸਾਲਾਂ ਤੋਂ ਕੰਮ ਕਰ ਰਹੇ ਹਾਂ। ਅਸੀਂ ਅਥੋਰਾਈਜ਼ਡ ਏਜੰਟਸ ਹੈ, ਲਾਇਸੈਂਸ ਹੋਲਡਰਸ ਹੈ। ਡੂ ਵਿਜ਼ਿਟ ਅਸ ਵੰਸ ਫੋਰ ਯੋਰ ਬੈਟਰਮੈਂਟ ਆਫ ਯੋਰ ਚਾਈਲਡ, ਫੋਰ ਬੈਟਰਮੈਂਟ ਆਫ ਯੋਰ ਸੈਲਫ, ਐਨੀ ਕਾਇੰਡ ਆਫ ਪੀ ਆਰ ਰਿਲੇਟਡ ਇਨਕੁਆਇਰੀਜ਼, ਐਨੀ ਕਾਇੰਡ ਆਫ ਵੀਜ਼ਾ ਰਿਲੇਟਡ ਇਨਕੁਆਇਰੀਜ਼, ਪਲੀਜ਼ ਡੂ ਵਿਜ਼ਿਟ ਅਸ। ਥੈਂਕ ਯੂ ਵੈਰੀ ਮੱਚ। ਆਪਣਾ ਫਰੈਂਡਸ ਚੈਨਲ ਦੇਖ ਰਹੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਸਾਫ਼ ਤੇ ਸਿੱਧੀ ਗੱਲ ਦੇ ਵਿੱਚ, ਪੰਜਾਬ ਦੇ ਹਾਲਾਤ ਅਮਨਦੀਪ ਲੱਕੀ ਦੇ ਨਾਲ। ਅਮਨਦੀਪ ਲੱਕੀ ਜੀ ਸਾਡੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ। ਅਮਨਦੀਪ ਲੱਕੀ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਆਪਣਾ ਫਰੈਂਡਸ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ। ਅਮਨਦੀਪ ਲੱਕੀ ਜੀ, ਪੰਜਾਬ ਦੇ ਵਿੱਚ ਜਿਹੜੇ ਹਾਲਾਤ ਹੁਣ ਤੇ ਦਿਨ ਬ ਦਿਨ ਬਦਲਦੇ ਜਾਂਦੇ ਨੇ, ਦਿਨ ਬ ਦਿਨ ਨਵੀਂ ਤੋਂ ਨਵੀਂ ਖਬਰ ਆ ਰਹੀ ਹੈ, ਦਿਨ ਬ ਦਿਨ ਨਵੀਆਂ ਤੋਂ ਨਵੀਆਂ ਚੀਜ਼ਾਂ ਉੱਥੇ ਘਟਨਾਵਾਂ ਹੋ ਰਹੀਆਂ। ਹੁਣ ਇਸ ਹਫ਼ਤੇ ਮੈਨੂੰ ਲੱਗਦਾ ਕਿ ਕੁੱਝ ਪਿਛਲੇ ਹਫ਼ਤਿਆਂ ਨਾਲੋਂ ਕੁੱਝ ਜ਼ਿਆਦਾ ਇੰਟਰਸਟਿੰਗ ਚੀਜ਼ਾਂ ਹੋਣੀਆਂ ਚਾਹੀਦੀਆਂ, ਕਿਉਂਕਿ ਖਾਸ ਕਰਕੇ ਜੇ ਆਪਾਂ ਗੱਲ ਕੀਤੀ ਜਾਵੇ ਤਾਂ ਕਿਸਾਨੀ ਨੂੰ ਲੈ ਕੇ ਇੱਕ ਮੋਰਚਾ ਜਿਹੜਾ ਵਿੱਢਿਆ ਪੰਜਾਬ ਨੇ, ਉਹ ਮੋਰਚੇ ਕਈ ਜਗ੍ਹਾ ਤੋਂ ਚੱਲਦੇ ਪਏ ਨੇ। ਅਕਾਲੀ ਦਲ ਤੋਂ ਚੱਲਦੇ ਨੇ, ਕਿਸਾਨ ਜਥੇਬੰਦੀਆਂ ਤੋਂ ਚੱਲਦੇ ਪਏ ਨੇ, ਗਾਇਕਾਂ ਤੋਂ ਚੱਲਦੇ ਪਏ ਨੇ, ਕਲਾਕਾਰਾਂ ਤੋਂ ਚੱਲਦੇ ਪਏ ਨੇ। ਤੇ ਹੁਣ ਇਸ ਵਾਰੀ ਆਪਣਾ ਜਿਹੜਾ ਸਟਾਰਟਿੰਗ ਪੁਆਇੰਟ ਹੈਗਾ ਇਹ ਕਿਸਾਨੀ ਹੈ ਜਾਂ ਆਪਣਾ ਜਿਸ ਤਰ੍ਹਾਂ ਆਪਾਂ ਹਮੇਸ਼ਾ ਸ਼ੁਰੂਆਤ ਕਰਦੇ ਹੁੰਦੇ ਹਾਂ ਬਰਗਾੜੀ ਤੇ ਕੇਸ ਤੋਂ? ਬਿਲਕੁਲ ਹਰਮੀਤ ਜੀ, ਮੈਂ ਇੱਥੇ ਜ਼ਿਕਰ ਜ਼ਰੂਰ ਕਰਨਾ ਚਾਹੂੰਗਾ ਕਿ ਕਿਸਾਨੀ ਦਾ ਮੁੱਦਾ ਜਿਹੜਾ ਇਸ ਟਾਈਮ ਪੰਜਾਬ ਦੇ ਵਿੱਚ ਬਹੁਤ ਭਕਿਆ ਹੋਇਆ ਹੈਗਾ, ਲੇਕਿਨ ਉਸ ਤੋਂ ਪਹਿਲਾਂ ਜਿਹੜਾ ਆਪਾਂ ਜਿਹੜੀ ਹਰੇਕ ਵਾਰ ਸ਼ੁਰੂਆਤ ਕਰਦੇ ਹੈਗੇ ਹਾਂ ਬਰਗਾੜੀ ਜਿਹੜਾ ਬੇਅਦਬੀ ਕਾਂਡ ਹੋਇਆ ਸੀਗਾ ਉਸ ਤੋਂ ਆਪਾਂ ਸ਼ੁਰੂਆਤ ਕਰਾਂਗੇ। 4 ਪੁਆਇੰਟ ਸਾਹਮਣੇ ਆਏ ਹੈਗੇ ਨੇ ਬਰਗਾੜੀ ਕਾਂਡ ਦੇ ਵਿੱਚ ਬੇਅਦਬੀ ਮਾਮਲਿਆਂ ਦੇ ਨਾਲ ਜੁੜੇ ਹੈਗੇ ਨੇ। 2015 ਦੇ ਵਿੱਚ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਸੀ ਤਾਂ ਉਦੋਂ ਤੋਂ ਬਵਾਲ ਖੜਾ ਹੋਇਆ ਸੀ। 2 ਸਿੱਖ ਨੌਜਵਾਨਾਂ ਦੀ ਮੌਤ ਵੀ ਹੋਈ ਸੀਗੀ, ਕੋਟਕਪੁਰਾ ਚੌਂਕ ਦੇ ਵਿੱਚ ਗੋਲੀ ਵੀ ਚੱਲੀ ਸੀ। ਤਾਂ ਉਹਦੇ ਵਿੱਚ ਬਹਿਬਲ ਗਲਾ ਗੋਲੀ ਕਾਂਡ ਦੇ ਵਿੱਚ ਇੱਕ ਨਵਾਂ ਮੋੜ ਆਇਆ ਹੈਗਾ। ਸਿੱਟ ਵੱਲੋਂ ਜਿਹੜੀ ਕਿ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਈ ਗਈ ਹੈ ਕੁੰਵਰ ਵਿਜੇ ਪ੍ਰਤਾਪ ਸਿੰਘ ਆਈ ਜੀ ਦੀ ਰਹਿਨਮਈ ਹੇਠ, ਉਹਨਾਂ ਵੱਲੋਂ ਪੰਜਾਬ ਪੁਲਿਸ ਦੇ ਸਾਬਕਾ DGP ਸੁਮੇਧ ਸੈਣੀ ਉਹਨਾਂ ਨੂੰ ਤੇ ਪਰਮਰਾਜ ਸਿੰਘ ਉਮਰਾਨੰਗਲ ਉਸ ਵੇਲੇ IG ਉਸ ਵੇਲੇ ਜਦੋਂ ਉਹਨਾਂ ਦੀ ਲੁਧਿਆਣਾ ਡਿਊਟੀ ਸੀ ਲੇਕਿਨ ਉਹ ਉੱਥੇ ਡਿਊਟੀ ਤੇ ਬੁਲਾਏ ਗਏ ਸੀਗੇ ਮੌਕੇ ਤੇ ਕੋਟਕਪੁਰਾ ਦੇ ਵਿੱਚ, ਉਹਨਾਂ ਦੋਨਾਂ ਨੂੰ ਬਹਿਬਲ ਗੋਲੀ ਕਾਂਡ ਦੇ ਵਿੱਚ ਮੁਜਰਮ ਜਿਹੜਾ ਹੈਗਾ ਉਹਨਾਂ ਨੂੰ ਇੱਕ ਨਾਮਜ਼ਦ ਕਰ ਲਿਆ ਹੈਗਾ। ਔਰ ਇਹ ਬਹੁਤ ਵੱਡੀ ਖਬਰ ਹੈਗੀ ਆ ਪੰਜਾਬ ਵਾਸਤੇ, ਕਿਉਂਕਿ ਪੰਜਾਬ ਦੇ ਸਾਬਕਾ DGP ਔਰ ਦੂਸਰੇ ਪਾਸੇ ਜੇਕਰ ਗੱਲ ਕਰੀਏ ਤਾਂ IG ਪੰਜਾਬ ਦੇ ਜਿਹੜੇ IG ਜਿਹੜੇ ਰਹਿ ਚੁੱਕੇ ਹੈਗੇ ਆ ਸਸਪੈਂਡ ਹੈਗੇ ਨੇ ਪਰਮਰਾਜ ਸਿੰਘ ਉਮਰਾਨੰਗਲ, ਤਾਂ ਦੋਨਾਂ ਨੂੰ ਜਿਹੜਾ ਬਹਿਬਲ ਗੋਲੀ ਕਾਂਡ ਦੇ ਵਿੱਚ ਜਿਹੜਾ ਨਾਮਜ਼ਦ ਕਰ ਲੈਣਾ ਸਿੱਟ ਵੱਲੋਂ ਇੱਕ ਬਹੁਤ ਵੱਡੀ ਖਬਰ ਹੈਗੀ ਆ। ਔਰ ਦੂਸਰਾ ਪੁਆਇੰਟ ਜੇਕਰ ਗੱਲ ਕਰੀਏ ਤਾਂ ਬਹਿਬਲ ਗੋਲੀ ਕਾਂਡ ਦੇ ਮਾਮਲੇ ਦੇ ਵਿੱਚ ਜਿਹੜਾ ਗ੍ਰਿਫਤਾਰ ਹੈਗੇ ਨੇ ਕੋਟਕਪੁਰਾ ਸਿਟੀ ਦੇ ਉਸ ਵੇਲੇ ਦੇ ਜਿਹੜੇ SHO ਗੁਰਦੀਪ ਸਿੰਘ ਪੰਧੇਰ ਹੈਗੇ ਨੇ, ਉਹਨਾਂ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਬੇਲ ਮਿਲ ਗਈ ਹੈ, ਜ਼ਮਾਨਤ ਮਿਲ ਗਈ ਹੈ। ਰਾਹਤ ਭਰੀ ਖਬਰ ਹੈਗੀ ਉਹਨਾਂ ਵਾਸਤੇ ਕਿ ਉਹਨਾਂ ਨੂੰ ਬੇਲ ਮਿਲ ਗਈ ਹੈ, ਕਿਉਂਕਿ ਉਸ ਵੇਲੇ ਉਹ ਕੋਟਕਪੁਰਾ ਸਿਟੀ ਦੇ ਵਿੱਚ SHO ਸੀ, ਕਿਉਂਕਿ ਥਾਣਾ ਜਿਹੜਾ ਕੋਟਕਪੁਰਾ ਸਿਟੀ ਦਾ ਥਾਣਾ ਹੈਗਾ ਉਹ ਬਿਲਕੁਲ ਚੌਂਕ ਦੇ ਵਿੱਚ ਹੈਗਾ ਜਿੱਥੇ ਧਰਨਾ ਲੱਗਿਆ ਹੋਇਆ ਸੀ ਸਿੱਖ ਜਥੇਬੰਦੀਆਂ ਦਾ, ਸਿੱਖ ਸੰਗਤਾਂ ਦਾ, ਬਿਲਕੁਲ ਉਹਦੇ 100 ਗਜ਼ ਦੀ ਦੂਰੀ ਤੇ ਉੱਤੇ ਬਿਲਕੁਲ ਉਹ ਸਿਟੀ ਥਾਣਾ ਪੈਂਦਾ ਸੀਗਾ। ਔਰ ਸਿਟੀ ਦੇ ਵਿੱਚ ਉਦੋਂ ਉਸ ਵੇਲੇ ਉਹ ਗੁਰਦੀਪ ਸਿੰਘ ਪੰਧੇਰ ਆ ਜੋ SHO ਸੀਗੇ। ਔਰ ਰਾਹਤ ਭਰੀ ਖਬਰ ਹੈਗੀ ਹੈ ਜਿਹੜੀ ਇਹ ਇਹਨਾਂ ਵੱਲੋਂ ਹਾਈਕੋਰਟ ਵੱਲੋਂ ਹੈਗੀ ਹੈ। ਤੀਸਰੇ ਪੁਆਇੰਟ ਦੀ ਜੇਕਰ ਮੈਂ ਗੱਲ ਕਰਾਂ ਤਾਂ ਗੁਰਦੀਪ ਸਿੰਘ ਪੰਧੇਰ ਵੱਲੋਂ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਵਿੱਚ ਸਿੱਟ ਮੈਂਬਰ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ SIT ਤੋਂ ਹਟਾਏ ਜਾਣ ਦੀ ਮੰਗ ਨੂੰ ਲੈ ਕੇ ਪਟੀਸ਼ਨ ਦਾਖਲ ਕੀਤੀ ਹੈਗੀ ਹੈ, ਤਾਂ ਇਹ ਵੀ ਬੜੀ ਆਪਦੇ ਆਪ ਦੇ ਵਿੱਚ ਇੱਕ ਵੱਡੀ ਖਬਰ ਹੈਗੀ ਹੈ, ਕਿਉਂਕਿ ਗੁਰਦੀਪ ਸਿੰਘ ਪੰਧੇਰ ਨੇ ਜਿਹੜੀ ਇਹ ਪਟੀਸ਼ਨ ਦਾਇਰ ਕੀਤੀ ਹੈਗੀ ਹੈ ਇਹ ਬਹੁਤ ਵੱਡੀ ਖਬਰ ਹੈਗੀ ਹੈ, ਕਿਉਂਕਿ SIT ਦੇ ਜਿਹੜੇ ਮੁਖੀ ਹੈਗੇ ਨੇ
क्योंकि होर भी अफसर आईपीएस अफसर बड़े सीनियर अफसर हैगे ने पंजाब दे विच, लेकिन पंजाब सरकार ने जिहड़ी ये सिट बनाई सीगी, ये जिहड़े सिट दे इंचार्ज लाया, सिट दा मुखी लाया, कुंवर विजय प्रताप सिंह नूं लाया, क्यों लाया, ईमानदार करके लाया, ऑनेस्ट करके लाया, या इंटेलीजेंट करके लाया, या पुरानी कैडर करके लाया, इहदियां ये तां हजे बाद दियां गल्लां, लेकिन जिस तरीके पंजाब सरकार ने चुन के इस अफसर नूं सिट दा इंचार्ज लाया सीगा, तां उहदे खिलाफ पटीशन दायर करनी, उहदी बदली दी मंग नूं लै के करनी, इक आपदे आप दे विच बहुत वड्डा सवाल हैगा। और चौथा पॉइंट, बहबल कलां गोलीकांड दे विच मुलजम वजो नामजद एसपी बिक्रमजीत सिंह नूं ड्यूटी ते बहाल करन दे अदालत ने हुक्म दे दित्ते है। इस बहबल कलां गोलीकांड दे विच इक एसपी बिक्रमजीत सिंह दा नाम आया सीगा, और उन्हां वल्लों उस जिहड़े साबका एसएसपी चरणजीत शर्मा उन्हां दे नाल ही उत्थे बहबल गोला गोली कांड दे विच शामिल सीगे उह, और उन्हां दा जिहड़ा उन्हां दा नाम आया सीगा, और उन्हां नूं राहत मिली हैगी है कि कोर्ट ने उन्हां नूं बहाली दे हुक्म कीते हैगे है, कि जिहड़ी उन्हां दी जॉब हैगी है, क्योंकि हुण तक उह सस्पेंड चल रहे सीगे, उन्हां नूं बहाली दे हुक्म दे दित्ते गए हैगे है कि उह जॉब ते आ सकदे हैगे है। तां इह चार पॉइंट बहबल कलां गोलीकांड मामले दे विच आप दे विच बड़ा इक अहम जिहड़ियां गल्लां इक रखदे हैगे ने, अहम सवाल रखदे हैगे ने। और आउंदे दिनां दे विच एसआईटी की कार्रवाई करदी है, एसआईटी दा अगला की एक्शन होऊगा, क्योंकि समेत सैनी नूं इहनूं इनवॉल्व करना, परमराज सिंह उमरा नंगल ऑलरेडी पहलां कोटकपुरा गोलीकांड दे विच नामजद सीगे, और हुण उन्हां नूं बहबल गोलीकांड दे विच नामजद कर लेना, तां एसआईटी आउंदे दिनां दे विच की कार्रवाई पाउंदी है, वड्डी कार्रवाई पाउंदी है, निक्की कार्रवाई पाउंदी है, ये कहना हजे मुश्किल होऊगा। ਬਿਲਕੁਲ ਠੀਕ। ਤੇ ਜੇਕਰ ਹੁਣ ਆਪਾਂ ਗੱਲ ਕਰੀਏ ਅੱਗੇ ਵਧੀਏ ਕਿਸਾਨੀ ਦੇ ਮੁੱਦੇ ਨੂੰ ਲੈ ਕੇ, ਤੇ ਉਹਦੇ ਉੱਤੇ ਹੁਣ ਕਿਉਂਕਿ ਜਿਸ ਤਰੀਕੇ ਨਾਲ ਕਲਾਕਾਰ ਭਾਈਚਾਰੇ ਵੱਲੋਂ ਇਹ ਡਿਮਾਂਡ ਕੀਤੀ ਗਈ ਹੈ, ਡਿਮਾਂਡ ਕੀ ਰੱਖੀ ਗਈ ਹੈ ਲੋਕਾਂ ਦੇ ਅੱਗੇ, ਇੱਕ ਆਵਾਜ਼ ਕੀ ਬੁਲੰਦ ਕੀਤੀ ਗਈ ਹੈ ਕਿ 4 ਤਰੀਕ ਨੂੰ ਉਹਨਾਂ ਨੂੰ ਸ਼ੰਭੂ ਬਾਰਡਰ ਦੇ ਇਕੱਠੇ ਹੋਣ ਲਈ ਗੁਜ਼ਾਰਿਸ਼ ਕੀਤੀ ਗਈ ਹੈ, ਕਿਸ ਤਰੀਕੇ ਨਾਲ ਤੁਸੀਂ ਦੇਖਦੇ ਜੇ? ਤੇ ਮੈਂ 1 ਮਿੰਟ ਦਰਸ਼ਕਾਂ ਨੂੰ ਆਪਣੇ ਇਹ ਦੱਸ ਦੇਵਾਂ ਕਿ ਇਸ ਪ੍ਰੋਗਰਾਮ ਨੂੰ ਤੁਸੀਂ ਦੇਖ ਸਕਦੇ ਜੇ ਸਾਂਝਾ ਟੀਵੀ ਨਿਊਜ਼ ਓਨਲੀ ਚੈਨਲ ਦੇ ਉੱਤੇ, ਟੀਵੀ ਦੇ ਉੱਤੇ, ਸੋਸ਼ਲ ਮੀਡੀਆ ਦੇ ਤੇ ਆਪਣਾ ਫਰੈਂਡਸ ਚੈਨਲ ਤੇ ਤੁਸੀਂ ਇਸ ਨੂੰ ਦੇਖ ਹੀ ਪਾਓਗੇ, ਫੇਸਬੁੱਕ ਤੇ ਯੂਟਿਊਬ ਦੇ ਉੱਤੇ। ਤੇ ਹੁਣ ਅੱਗੇ ਵਧਣ ਤੋਂ ਪਹਿਲੇ ਅਸੀਂ ਇੱਥੇ ਇੱਕ ਲੈ ਲੈਂਦੇ ਹਾਂ ਛੋਟਾ ਜਿਹਾ ਕਮਰਸ਼ੀਅਲ ਬ੍ਰੇਕ, ਤੇ ਜੁੜੇ ਰਹੋ, ਅਸੀਂ ਜਲਦੀ ਵਾਪਸ ਆਵਾਂਗੇ। Dear friends, I'm Navneet Jain, Managing Director at Jain's International Isles and Immigration Services, Faridkot. And from last 5 years, we are into this immigration business. We are authorized ICCRC agents, and countries we are dealing right now is Canada, Australia, UK, and some parts of Germany. ਤੁਸੀਂ ਸਾਡੇ ਕੋਲੇ ਵਿਜ਼ਿਟ ਕਰ ਸਕਦੇ ਹੋ ਕਿਸੇ ਵੀ ਵੀਜ਼ਾ ਰਿਲੇਟਡ ਇਨਕੁਆਇਰੀ ਲਈ, ਆਈਲਸ ਕਲਾਸਿਸ ਲਈ, PTE ਕਲਾਸਿਸ ਲਈ। ਐਂਡ ਮੈਂ ਤੁਹਾਨੂੰ ਇਸ ਚੀਜ਼ ਦੀ ਅਸ਼ੋਰੈਂਸ ਦਿੰਦਾ ਕਿ ਤੁਸੀਂ ਸਾਡੇ ਕੋਲੇ ਆਉਂਗੇ ਤਾਂ ਬਿਲਕੁਲ ਵੀ ਡਿਸਅਪੁਆਇੰਟ ਨਹੀਂ ਹੋਵੋਗੇ। ਵੀ ਆਰ ਡੂਇੰਗ ਵੈਰੀ ਔਥੈਂਟਿਕ ਵਰਕ। ਅਸੀਂ ਕਿਸੇ ਤਰੀਕੇ ਦੀ ਕੋਈ ਬਲੱਫ ਬਾਜ਼ੀ, ਕਿਉਂਕਿ ਆਲਰੇਡੀ ਇਸ ਲਾਈਨ ਦੇ ਅੰਦਰ ਕਾਫੀ ਲੋਕਾਂ ਨਾਲ ਕਈ ਤਰ੍ਹਾਂ ਦੇ ਧੋਖੇ ਵੀ ਹੋ ਜਾਂਦੇ ਆ, ਅਤੇ ਕਈ ਤਰ੍ਹਾਂ ਦੇ ਠੱਗੀਆਂ ਦਾ ਵੀ ਸਾਹਮਣਾ ਕਰਨਾ ਪੈਂਦਾ ਲੋਕਾਂ ਨੂੰ। ਬਟ ਤੁਸੀਂ ਸਾਡੇ ਕੋਲੇ ਆਉਂਗੇ, ਇਸ ਤਰੀਕੇ ਦੀ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਏਗੀ। ਐਂਡ ਮੋਰ ਓਵਰ, ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਫਰੋਮ ਲਾਸਟ 15 ਈਅਰਸ ਵੀ ਆਰ ਇਨ ਟੂ ਅਦਰ ਬਿਜ਼ਨਸਿਸ ਆਲਸੋ। ਇਮੀਗ੍ਰੇਸ਼ਨ ਲਾਈਨ ਦੇ ਅੰਦਰ ਅਸੀਂ ਪਿਛਲੇ 5 ਸਾਲਾਂ ਤੋਂ ਕੰਮ ਕਰ ਰਹੇ ਹਾਂ। ਅਸੀਂ ਆਥੋਰਾਈਜ਼ਡ ਏਜੰਟਸ ਹੈ, ਲਾਇਸੈਂਸ ਹੋਲਡਰਸ ਹੈ। ਡੂ ਵਿਜ਼ਿਟ ਅਸ ਵੰਸ ਫੋਰ ਯੋਰ ਬੈਟਰਮੈਂਟ ਆਫ ਯੋਰ ਚਾਈਲਡ, ਫੋਰ ਬੈਟਰਮੈਂਟ ਆਫ ਯੋਰ ਸੈਲਫ, ਐਨੀ ਕਾਇੰਡ ਆਫ ਪੀ ਆਰ ਰਿਲੇਟਡ ਇਨਕੁਆਇਰੀਜ਼, ਐਨੀ ਕਾਇੰਡ ਆਫ ਵੀਜ਼ਾ ਰਿਲੇਟਡ ਇਨਕੁਆਇਰੀਜ਼, ਪਲੀਜ਼ ਡੂ ਵਿਜ਼ਿਟ ਅਸ। ਥੈਂਕ ਯੂ ਵੈਰੀ ਮਚ। ਇੱਕ ਵਾਰ ਫਿਰ ਤੋਂ ਸਭ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਤੇ ਜਿਸ ਤਰੀਕੇ ਨਾਲ ਆਪਾਂ ਛੱਡਿਆ ਸੀ ਇਹ ਪ੍ਰੋਗਰਾਮ ਕਿਸਾਨੀ ਦੇ ਮੁੱਦੇ ਤੋਂ, ਇਸ ਟਾਈਮ ਤੇ ਕੀ ਹਾਲਾਤ ਨੇ ਕਿਸਾਨੀ ਦੇ ਮੁੱਦੇ ਨੂੰ ਲੈ ਕੇ, ਰੈਲੀ ਨੂੰ ਲੈ ਕੇ? ਬਿਲਕੁਲ ਹਰਮੀਤ ਜੀ, ਜਿਹੜੇ ਆਰਡੀਨੈਂਸ ਪਾਸ ਕੀਤੇ ਹੈਗੇ ਆ ਪੰਜਾਬ ਗਵਰਨਮੈਂਟ ਆਫ ਇੰਡੀਆ ਨੇ, ਮੋਦੀ ਸਰਕਾਰ ਨੇ, ਤਾਂ ਬੜਾ ਇਹਦਾ ਵਿਰੋਧ ਹੋ ਰਿਹਾ।
खास करके पंजाब च नहीं विरोध हो रहा, पूरे इंडिया दे विच विरोध हो रहा है। और कई जिहड़ियां स्टेटां दीआं सरकारां हैगीआं उन्होंने तो पता लग्या हैगा कि इको मंडी ऐलान दित्ती है, जिस तरीके राजस्थान ने एक डिसीजन ले लिया हैगा कि साडी तां इको मंडी रहेगी, उह नहीं उन्होंने मन्निया हैगा इह जिहड़ा आर्डीनेंस हैगा। और इस तरीके पंजाब दे विच जिहड़ा अंदोलन हैगा, चाहे वह किसान भाईचारा हैगा, चाहे वह किसान जथेबंदियां हैगियां, चाहे वह अकाली दल कर रहा है, चाहे वह कांग्रेस कर रहा है, क्योंकि पिछले दिनों दे विच ये मुद्दा बड़ा गरमाया होया हैगा। हुण लेटेस्ट गल जिक्र करिए तां 1 अक्तूबर तो पूरियां किसान जथेबंदियां ने पूरे पंजाब के रेलवे ट्रैक घेर रखे हैगे है, उन्होंने बिल्कुल जाम किया होया, उत्थे दिन रात धरने दे रहे हैगे आ। दूसरे पासे जेकर गल करिए कांग्रेस की, तां कांग्रेस वालों भी प्रोटेस्ट किया जा रहा हैगा, कांग्रेस वालों प्रोटेस्ट जिहड़ा किया जा रहा हैगा। सब तो वड्डी खबर उहदे विच इह है कि राहुल गांधी जिहड़े कि कांग्रेस दे मेन हैगे ने, उन्होंने पहला पंजाब दे विच इस प्रोटेस्ट दे विच शामिल होने वास्ते 3 तरीक नूं मोगे तो शुरू करना सी अपना इह जिहड़ा मार्च सीगा, किसान बचाओ मार्च है जिहड़ा, लेकिन हुण उन्हां दे प्रोग्राम दे विच बदलाव आया हैगा कि 4 ते 5 तरीक नूं, 4 तो 6 तरीक नूं, मतलब 3 दिन, 4, 5, 6, 3 दिन उह पंजाब दे विच अपना इह प्रोटेस्ट करन जा रहा कांग्रेस। और इस तों पहलां यूथ कांग्रेस दे कुछ नुमाइंदे हैगे ने, उन्हां वल्लों जिहड़ा दिल्ली जाके ट्रैक्टर साड़िया गया यूथ कांग्रेस दे प्रधान वल्लों, और उन्होंने फिर FIR हुई, और उस तो बाद उन्होंने जेल दे विच भी जुडिशल भी रखा गया। तो तीसरी गल जेकर करिए श्रोमणी अकाली दल की, तो श्रोमणी अकाली दल भी इस आर्डीनेंस के विरुद्ध जिहड़ा अपना प्रोटेस्ट आपदे आपदे ढंग दे नाल कर रहा, जिस दे जिस तरीके पिछले दिन ही केंद्र की जिहड़ी सरकार हैगी उहदे वजारत दे विच मंत्री सीगे बीबा हरसिमरत कौर बादल, उन्होंने वालों इस्तीफा दे देना, और उस तो बाद अगला प्रोग्राम लिखा गया। तिना तख्त साहिबां तो जिहड़ा एक रोस मार्च कढ़िया गया, एक जिहड़ा तख्त श्री दमदमा साहब तो जिहड़ा रोस मार्च कढ़िया गया उहदी अगवाई बीबा हरसिमरत कौर बादल ने खुद की, और अमृतसर श्री अकाल तख्त साहिब तो जिहड़ा रोस मार्च शुरू किया गया उहदी अगवाई सुखबीर सिंह बादल श्रोमणी अकाली दल के प्रधान ने की, और तीसरा जिहड़ा आनंदपुर साहब तो जिहड़ा रोस मार्च कढ़िया गया उहदी अगवाई डॉक्टर दलजीत सिंह चीमा और प्रोफेसर प्रेम सिंह चंदूमाजरा इन्हां वल्लों की गई। तो तिन्हां ने रल के जिहड़ा इह प्रोटेस्ट हैगा कल देर रात चंडीगढ़ पहुंचे, और उत्थे बहुत ज्यादा क्योंकि इन्हां नूं उत्थे अंदर एंटर नहीं होण दित्ता गया, बैरीकेटिंग करके सिक्योरिटी लाई गई, और इन्हां वल्लों एलीगेशन भी लाया गया कि सेंटर सरकार दीआं हदायतां दे उत्ते जिहड़ा कुछ हो रहा हैगा उह सेंटर सरकार करवा रही हैगी है, क्योंकि उन्होंने मंग पत्र देना सीगा पंजाब दे राजपाल नूं मंग पत्र देना सीगा, लेकिन राजपाल नूं मिलण तों पहलां ही ये जिहड़े मेन जिहड़े आगू सीगे सुखबीर सिंह बादल होए, बिक्रमजीत सिंह मजिठिया होए, दलजीत सिंह चीमा होए, हबीबा हरसिमरत कौर बादल होए, और कौमी यूथ अकाली दल दे प्रधान परमबंस सिंह बंटी रमाणा होए, और ये सारिआं नूं पुलिस ने अपनी हिरासत दे विच लै लिया, और थाणा 17 सैक्टर दा जिहड़ा थाणा उत्थे इन्हां नूं उत्थे इन्हां दी अरैसट पा के इन्हां नूं रख्या गया। और जिहड़ियां दूसरियां यूनियन दीआं जेकर गल कर लईए किसान यूनियन दीआं, तां किसान यूनियनां वल्लों जिथे मेन रोडां ते धरने लगाए गए सीगे जिथों दी इन्हां दा काफला लंघिया, खास करके बीबा हरसिमरत कौर बादल दा जदों काफला लंघिया तां इन्हां दे विरुद्ध अकाली दल दे विरुद्ध जिहड़े नारे लाए गए इन्हां दे जिहड़े किसान जथेबंदियां ने। तां जिहड़ा इह प्रोटेस्ट हैगा इह पंजाब दे विच बड़ा गरमाया हैगा, और जिहड़ी तुसीं गल कीती हैगी है कलाकारां दी, तां कलाकारां वल्लों भी जिहड़ी अपनी जिहड़ी नुमाइश है जिहड़ी हैगी है इस तरीके कीती जा रही है इस आर्डीनेंस दे विरुद्ध, कि पहलां किते कुछ कलाकार किसे पासे इकट्ठे हो जांदे आ, क्योंकि सिद्धू मूसेवाले की जेकर गल कर लीए तो वह अपना जत्था लैके मानसा तो तुरदा हैगा, और उहदे नाल कुछ कलाकार हैगे आ। दूसरे कलाकारां दी जेकर गल कर लीए हरभजन मान होरां दी, तां उह इक थां ते नाभे इकट्ठे हुंदे हैगे आ, और जेकर दूसरे कोई होर कलाकारां दी गल कर लीए तां उह बटाले दे विच उन्होंने पिछले दिन प्रोटेस्ट कीता रणजीत बावे होरां ने, और हुण इन्हां वल्लों जिहड़ा 4 तरीक नूं शंभू बार्डर दा जिहड़ा ऐलान किया गया, ठीक है वधिया गल है, किसान के हक के विच ये आर्टिस्ट खड़ रहे हैगे आ, लेकिन आपां पिछले बारे भी जिक्र किया सीगा किसान के हक के ना खड़न के नाल नाल जिहड़ा तुहाडा मैसेज हुंदा गीतकार भी हुंदे इहनां दे नाल जदों ये प्रोटेस्ट करते हैं कलाकार, तो सानू जिहड़ा तुसीं गीतकार गीत लिखते हैगे आ जां जदों तुसीं गाउंदे हैगे आ उस तरीके भी तुसीं जिहड़ा ये
किसानी का शब्द हैगा जट शब्द के नाल जुड़िया हैगा और जट दे शब्द का जिहड़ा इस्तेमाल हैगा उहनूं तरीके नाल करिया करो। साडे वल्लों इक सुझाव हैगा, दर्शकां ने वी सानूं सुझाव दित्ता सी कि इहनां नूं जरूर तुसीं इहनां तक मैसेज पहुँचाओ गीतकारां तक और जिहड़े इह सिंगर हैगे आ पंजाबी सिंगर कि जिहड़ा जट शब्द हैगा उहनूं इस्तेमाल करन लगे आ बोलन लगे आ पहलां सोचिया करो देखिया करो कि किस तरीके कित्थे फिट होणा हैगा उह, खास करके जिथे हथियारां दी गल आउंदी आ जां जिथे कुछ उजाड़न दी गल आउंदी आ जां जिथे कुछ महंगीआं चीजां दी गल आउंदी हैगी आ उत्थे जरूर इह जिहड़ा लफ्ज़ हैगा इहनूं बड़े तरीके नाल इस्तेमाल करिया करो तां जो साडी जिहड़ी आउण वाली पीढ़ी हैगी आ खास करके नौजवान पीढ़ी हैगी आ उहदे ते बुरा असर ना पवे। जिस तरीके नाल हुण तुसीं दस्सिया कि अकाली दल अपने तौर ते करदा पिआ, कांग्रेस अपने तौर ते करदी आ, आप अपने तौर ते, जेकर पंजाब दी हुण गल कर ली जावे कि लोकां दा इहनां दे उत्ते की नजरिया, कि लोकी जिहड़े उह किस तरीके नाल वेखदे ने इहनां नूं, कि वक्खो वक्खरियां सरकारां जिद्दां आपां अपने तरीके नाल जा रहीआं वा, आपां अपने तरीके नाल मोर्चा ला रहीआं, दूसरे लोग अपने अपने तरीके नाल मोर्चा लगे, मगर किसी भी पक्ष तो जिस तरीके जिथे असी बैठे हाँ इतों जो असी देखते हाँ सानू हजे तक भी एकजुटता दिखाई नहीं देती, लोगों के पार्टियां दे विच एकता हजे तक भी वो नज़र नहीं आती, क्योंकि जेकर इस चीज़ नू इन्हां ने कैंसल कराना तो पूरा पंजाब भावें उहदे च राजनीतिक पार्टियां होण भावें उहदे च अदाकार होण कुछ भी होण आड़ती होण ये सारे एक मंच दे एक ही बैनर हेठ होने चाहिए ने। मगर जिस तरीके ना तुसी भी दसिया भी कल अकाली दल फिर कांग्रेस ते फिर आप ये किस तरीके लोकी की कहिंदे ने इन्हां दे उत्ते। बिल्कुल हरमीत जी तुसी बहुत वधिया यह सवाल किया हैगा, इत्थे मैं ये गल बिल्कुल क्लीयर करनी चाहूंगा कि सियासी रोटियां सेकियां जा रही हरेक पार्टी वालों, क्योंकि मुद्दा भालदी है, क्योंकि मुद्दा क्यों भालदे आ 2022 की इलैक्शन आ गई हैगी है, मुद्दा भालदे आ, सियासी रोटियां सेकियां जा रही है लोगों नूं सिर्फ ते सिर्फ इन्ना गल, जिहड़ा सधारण बंदा हैगा सिर्फ जिहड़ा सधारण बंदा सिर्फ उहनूं सिर्फ इस गल का इलम हैगा कि जिहड़ा ये आर्डिनेंस है ये साडे खिलाफ हैगा, सिर्फ इन्ना लोगों तक यही मैसेज पहुँचाया जा रहा भी जिहड़ा आर्डिनेंस है वह हरेक वर्ग नूं प्रभावित करूगा, लेकिन आर्डिनेंस दे विच है कि वह करन की जा रहे हैं, वह फसल कित्थे वेचणगे, वह फसल नूं चुकू कौन, उहदा MSP कौन देगा और उहदा की इफेक्ट पऊगा आढ़तीए ते जां उहदा बाजार दे विच की इफेक्ट पऊगा, इन्हां गल्लां नूं डिटेल दे विच खास करके ग्राउंड लैवल ते जीरो लैवल ते बिल्कुल भी लोगों तक सही तरह का जिहड़ा इह जिहड़ा मैसेज नहीं पहुँचाया नहीं जा रहा हैगा और असीं वार वार अपील कर रहे हैगे हैं खास करके जथेबंदियों नूं कि जदों तुसीं लैक्चरबाजी दिंदे हो उदों जदों इह लैक्चरबाजी दिंदे हरमीत जी खास करके मैं उदों अपील करना चाहूँगा इन्हां नूं दर्शकां दे सुझाव हैगे साड्यां दे कि उदों माइक फड़ के सब तो पहलां एक तो शुरू हो जाते हैं जिहड़े जिहड़े इन्हां दे उत्थे सीनियर नेता बैठे होंदे आ जिहड़े जिहड़े उत्थे VIP लोग बैठे होंदे आ उन्हां दे नाम तो शुरू करके लैक्चर नूं वधा दिंदे आ और अद्धा पौणा घंटा ऐसे ही खा जांदे आ जिस नूं इह नहीं चाहीदा, चाहीदा इह हैगा कि जिहड़ा आर्डिनेंस है उहदे ते खुल के डिबेट कीती जावे, उहदे ते बोलिया जावे, लोकां नूं दस्सिया जावे, जिहड़े लोक धरने दे विच बैठे हैगे आ उह घरे जा के अपने बच्चों नूं दस्सण। हुण गल कीती जा रही है कि इस धरनियां दे विच आड़तिया भी आ रहा है, हिंदू जेंटलमैन भी आ रहा है, सिख भी आ रहा है, मुसलमान भी आ रहा, सारिया धर्मां दे सारे बिजनेसमैन इस जिहड़े धरने हो रहे हैगे आ उहनां दे विच शमूलियत कर रहा हैगा, लेकिन शमूलियत वह बंदा कर रहा हैगा भी उहदे बिजनेस नूं अफैक्ट हो रहा है, लेकिन उहदे बच्चे जाके जो पुछदे आ जां उहनां दे जिहड़े पत्नी है उहनां दी जां उहनां दे घरे जिहड़ियां लेडीज़ हैगियां उह जदों पुछदियां हैगियां ਵੀ ਤੁਸੀਂ ਕਿੱਥੋਂ ਆਏ ਹੋ, ਧਰਨੇ ਤੋਂ ਆਏ ਹੋ, ਆਪਾਂ ਨੂੰ ਇਹਦਾ ਕੀ ਇਫੈਕਟ ਪਊਗਾ, ਕਿਹੜੀ ਚੀਜ਼ ਹੈ, ਉਹਨਾਂ ਨੂੰ ਆਪ ਨੂੰ ਨਹੀਂ ਪਤਾ, ਉਹ ਸਿਰਫ ਇਹ ਕਹਿ ਰਹੇ ਆ ਵੀ ਜੇ ਕਿਸਾਨ ਖਤਮ ਹੋ ਰਿਹਾ, ਜੇ ਕਿਸਾਨ ਖਤਮ ਹੋ ਰਿਹਾ ਤੇ ਆਪਣੀ ਜਿਹੜੀ ਕੱਪੜੇ ਦੀ ਦੁਕਾਨ ਉਹ ਬੰਦ ਹੋ ਜਾਊਗੀ, ਆਪਣਾ ਕਰਿਆਨਾ ਨਹੀਂ ਵਿਕਣਾ, ਸਿਰਫ ਇੱਥੋਂ ਤੱਕ ਪਤਾ, ਆਰਡੀਨੈਂਸ ਦਾ ਨਹੀਂ ਪਤਾ ਵੀ ਆਰਡੀਨੈਂਸ ਹੈ ਕੀ, ਮੇਨ ਚੀਜ਼ ਕੀ ਹੈ, ਉਹ ਕੀ ਕਰਨ ਜਾ ਰਹੇ ਹੈ, ਉਹਦਾ ਇਫੈਕਟ ਕੀ ਪਊਗਾ, ਅੱਜ ਉਹਦਾ ਅਸਰ ਪਊਗਾ ਜਾਂ ਆਉਂਦੇ ਸਾਲਾਂ ਦੇ ਵਿੱਚ ਪਊਗਾ, ਇਹ ਨਹੀਂ ਦੱਸਿਆ ਜਾ ਰਿਹਾ, ਡਿਟੇਲ ਨਹੀਂ ਦੱਸੀ ਜਾ ਰਹੀ, ਸਿਰਫ ਇੰਨਾ ਦੱਸਿਆ ਜਾ ਰਿਹਾ ਵੀ ਸਾਡੀਆਂ ਦੁਕਾਨਾਂ ਬੰਦ ਹੋ ਜਾਣਗੀਆਂ, ਸਾਨੂੰ ਪਹਿਲਾਂ ਨੋਟ ਮਾਰ ਨੋਟ ਬਦਲੀ ਦੀ ਜਿਹੜੀ ਮਾਰ ਹੈਗੀ ਹੈ ਅਸੀਂ ਉਹ ਹਜੇ ਝੱਲ ਕੇ ਨਹੀਂ ਸਕੇ ਕਿ ਹਜੇ ਉਹਦਾ ਸਾਨੂੰ ਸੇਕ ਪੈ ਰਿਹਾ ਹੈਗਾ, ਹੁਣ ਸਾਨੂੰ ਇਹਦਾ ਨਵਾਂ ਸ਼ੁਰੂ ਹੋ ਰਿਹਾ ਹੈਗਾ ਕਰੋਨਾ ਵਾਇਰਸ ਦਾ ਔਰ ਹੁਣ ਉੱਤੋਂ ਇਹ ਮੋਦੀ ਸਰਕਾਰ ਜਿਹੜਾ ਆਰਡੀਨੈਂਸ ਲੈ ਕੇ ਆ ਰਹੀ ਹੈ ਇਹਦਾ ਸੇਕ ਸ਼ੁਰੂ ਹੋ ਜਾਊਗਾ, ਲੇਕਿਨ ਇੱਥੇ ਵਾਰ ਵਾਰ ਅਪੀਲ ਕੀਤੀ ਜਾ ਰਹੀ ਹੈ ਤੁਹਾਨੂੰ ਖਾਸ ਕਰਕੇ ਕਿਸਾਨ ਜਥੇਬੰਦੀਆਂ ਨੂੰ ਜਾਂ ਜਿਹੜੇ ਪੋਲੀਟੀਕਲ ਪਾਰਟੀਆਂ ਦੇ ਲੋਕ ਹੈਗੇ ਆ
ਕਿ ਜਿਹੜੇ ਲੋਕ ਹੈ ਗਰਾਊਂਡ ਲੈਵਲ ਤੇ ਉਹਨਾਂ ਨੂੰ ਵਿਸਥਾਰ ਪੂਰਵਕ ਇਸ ਆਰਡੀਨੈਂਸ ਬਾਰੇ ਦੱਸਿਆ ਜਾਵੇ ਵੀ ਜਿਹੜੇ ਇਹ 3 ਆਰਡੀਨੈਂਸ ਪਾਸ ਕੀਤੇ ਆ ਇਹਨਾਂ 3 ਦੇ ਵਿੱਚ ਕਿਹੜੀ ਚੀਜ਼ ਹੈਗੀ ਹੈ, ਕਿਹੜੀਆਂ ਚੀਜ਼ਾਂ ਸਾਨੂੰ ਅਫੈਕਟ ਕਰਨਗੀਆਂ। ਔਰ ਦੂਸਰੇ ਪਾਸੇ ਜੇਕਰ ਗੱਲ ਕਰੀਏ ਪੰਜਾਬ ਦੀਆਂ ਅਨਾਜ ਮੰਡੀਆਂ ਦੀ, ਤਾਂ 26 ਸਤੰਬਰ ਤੋਂ ਸਰਕਾਰ ਨੇ ਝੋਨੇ ਦੀ ਜਿਹੜੀ ਖਰੀਦ ਹੈਗੀ ਆ ਉਹ ਐਲਾਨ ਦਿੱਤੀ ਸੀ, ਕਾਗਜ਼ਾਂ ਦੇ ਵਿੱਚ ਐਲਾਨ ਦਿੱਤੀ ਸੀ, ਲੇਕਿਨ ਮੰਡੀਆਂ 'ਚ ਨਾ ਤਾਂ ਕਿਸਾਨ ਬਾਰਦਾਨਾ ਆਇਆ ਔਰ ਨਾ ਹੀ ਮੰਡੀਆਂ ਦੇ ਵਿੱਚ ਕੋਈ ਕਿਸਾਨਾਂ ਦਾ ਕਹਿਣਾ ਕੋਈ ਸਰਕਾਰ ਨੇ ਕਿ ਸੰਘਰਸ਼ ਨੂੰ ਜਿਹੜਾ ਤਾਰ ਪਾਲ ਮਤਲਬ ਸੰਘਰਸ਼ ਜਿਹੜੇ ਵਿੱਢੇ ਹੋਏ ਆ ਇਹਨਾਂ ਨੂੰ ਲੀਰੋ ਲੀਰ ਕਰਨ ਵਾਸਤੇ, ਵਖੇਵਾਂ ਕਰਨ ਵਾਸਤੇ ਇਹਨਾਂ ਦੇ ਵਿੱਚ ਇਹ ਜਿਹੜੀ ਖਰੀਦ ਹੈਗੀ ਹੈ, ਕਿਉਂਕਿ ਅਸੀਂ ਪਹਿਲਾਂ ਸ਼ੁਰੂ ਤੋਂ ਹੀ ਸੁਣਦੇ ਆਏ ਹਾਂ ਕਿ ਇਹ 1 ਅਕਤੂਬਰ ਤੋਂ ਸ਼ੁਰੂ ਹੁੰਦੀ ਆ ਜਾਂ 10 ਅਕਤੂਬਰ ਤੋਂ ਸ਼ੁਰੂ ਹੁੰਦੀ ਆ, ਲੇਕਿਨ ਇਹਨਾਂ ਨੇ ਪਹਿਲਾਂ ਹੀ ਇਸ ਵਾਰ 24 ਸਤੰਬਰ ਤੋਂ ਹੀ ਇਹਨਾਂ ਨੇ ਸ਼ੁਰੂ ਕਰਤੀ, ਤਾਂ ਇਹਦੇ ਵਿੱਚ ਵੀ ਕੁਛ ਨਾ ਕਿਤੇ ਇਹ ਰਾਜ ਹੈਗਾ ਕਿ ਕਿਸਾਨਾਂ ਨੂੰ ਪਾੜਿਆ ਜਾਵੇ, ਕਿਸਾਨ ਆਪਣੇ ਫਸਲ ਵੱਲ ਹੋ ਜਾਣ, ਉੱਥੇ ਜਿਹੜੇ ਐਜੀਟੇਸ਼ਨ ਚੱਲ ਰਹੇ ਹੈਗੇ ਉੱਥੇ ਨਾ ਜਾਣ ਉਹ। ਔਰ ਇੱਕ ਹੋਰ ਮੈਂ ਹਰਮੀਤ ਜੀ ਗੱਲ ਕਰਨੀ ਚਾਹੂੰਗਾ ਕਿ ਲੁਧਿਆਣੇ ਜਿਹੜਾ ਬਹੁਤ ਮੰਦਭਾਗੀ ਇੱਕ ਘਟਨਾ ਹੋਰ ਵਾਪਰੀ ਹੈਗੀ ਹੈ ਕਿ ਇੱਕ 8 ਸਾਲ ਦੀ ਲੜਕੀ ਦੇ ਨਾਲ ਇੱਕ ਗੁਆਂਢੀ ਜਿਹੜਾ ਵਿਅਕਤੀ ਹੈਗਾ ਗੁਆਂਢ ਦੇ ਵਿੱਚ ਰਹਿੰਦਾ ਹੈਗਾ ਉਹਦੇ ਵੱਲੋਂ ਜਿਹੜੀ ਉਹ ਆਪਣਾ ਜਿਹੜਾ ਰੇਪ ਦੀ ਜਿਹੜੀ ਹੈਗੀ ਹੈ ਘਟਨਾ ਉਹ ਸਾਹਮਣੇ ਆਈ ਹੈਗੀ ਹੈ। ਔਰ ਪਿਛਲੇ ਦਿਨੀ ਅਸੀਂ ਇੱਕ ਹੋਰ ਸਭ ਤੋਂ ਵੱਡੀ ਜਿਹੜੀ ਚੱਲ ਰਹੀ ਹੈਗੀ ਹੈ ਯੂਪੀ ਦੇ ਵਿੱਚ ਜਿਹੜੀ ਇੱਕ ਮਹੂਤਾ ਨਾਂ ਦੀ ਲੜਕੀ ਦਾ ਜਿਹੜਾ ਹੈਗਾ ਪਹਿਲਾਂ ਉਹਦਾ ਰੇਪ ਕਰ ਦੇਣਾ ਔਰ ਉਸ ਤੋਂ ਬਾਅਦ ਉਹਦੀ ਰੀੜ੍ਹ ਦੀ ਹੱਡੀ ਤੋੜਨੀ ਫਿਰ ਜੀਵ, ਤਾਂ ਬੜੀਆਂ ਮੰਦਭਾਗੀਆਂ ਖਬਰਾਂ ਹੈਗੀਆਂ। ਔਰ ਅਸੀਂ ਤਾਂ ਇਹ ਅਪੀਲ ਕਰਾਂਗੇ ਸਰਕਾਰ ਨੂੰ ਕਿ ਜਿੱਥੇ ਤੁਸੀਂ ਐਡੇ ਆਰਡੀਨੈਂਸ ਕਿਸਾਨਾਂ ਵਾਸਤੇ ਪਾਸ ਕਰ ਰਹੇ ਹੋ, ਜਿਹੜੀਆਂ ਇਹੋ ਜਿਹੀਆਂ ਮੰਦਭਾਗੀਆਂ ਜਿਹੜੀਆਂ ਇਹ ਖਬਰਾਂ ਹੈਗੀਆਂ ਕਿ ਇੱਕ ਬੱਚੀਆਂ ਦੇ ਨਾਲ ਇੰਨਾ ਜੁਰਮ ਹੋ ਰਿਹਾ ਹੈਗਾ, ਤੁਸੀਂ ਇਹਦੇ ਵਾਸਤੇ ਕਾਨੂੰਨ ਕਿਉਂ ਨੀ ਪਾਸ ਕਰ ਰਹੇ? ਔਰ ਜਿਹੜਾ ਇਹ ਆਰਡੀਨੈਂਸ ਪਾਸ ਕੀਤਾ ਗਿਆ ਇਹਦੇ ਵਿੱਚ ਕਿਸਾਨਾਂ ਦੀ ਮੈਂ ਗੱਲ ਕਰ ਰਿਹਾ ਕਿ ਜਿਹੜਾ ਇੱਕ ਆਰਡੀਨੈਂਸ ਪਾਸ ਕੀਤਾ ਗਿਆ ਇਹਦੇ ਵਿੱਚ ਇਹ ਹੈ, ਮੈਨੂੰ ਕਿਸੇ ਨੇ ਕੁਛ ਦੱਸਿਆ ਹੈਗਾ ਥੋੜਾ ਜਿਹਾ ਕਿ ਇਹਦੇ ਵਿੱਚ ਤੁਸੀਂ ਜਿਹੜਾ ਕੋਈ ਕਿਸਾਨ ਹੈ ਜਦੋਂ ਇਹ ਪਾਸ ਹੋ ਗਿਆ ਜਦੋਂ ਲਾਗੂ ਹੋ ਗਿਆ ਇਹਦੇ ਵਿੱਚ ਇੱਕ ਇਹੋ ਜਿਹਾ ਕਾਨੂੰਨ ਹੈਗਾ ਕਿ ਉਹਦੇ ਵਿੱਚ ਕੋਈ ਅਪੀਲ ਨੀ, ਕੋਈ ਦਲੀਲ ਨੀ, ਕੋਈ ਕਿਸੇ ਤੁਸੀਂ ਕੋਰਟ ਦੇ ਵਿੱਚ ਜਾ ਨੀ ਸਕਦੇ, ਕਿਸੇ ਕੋਰਟ ਦੇ ਵਿੱਚ ਉਸ ਕੇਸ ਨੂੰ ਕਰ ਸਕਦੇ। ਤੇ ਜੇ ਤੁਸੀਂ ਕਿਸਾਨਾਂ ਵਾਸਤੇ ਇਹੋ ਜਿਹੇ ਆਰਡੀਨੈਂਸ ਇਹੋ ਜਿਹੇ ਕਾਨੂੰਨ ਲਿਆ ਸਕਦੇ ਹੋ, ਤਾਂ ਕੀ ਜਿਹੜੀਆਂ ਇਹੋ ਜਿਹੀਆਂ ਮੰਦਭਾਗੀਆਂ ਘਟਨਾਵਾਂ ਜਿਹੜੀਆਂ ਸਾਡੇ ਸਮਾਜ ਨੂੰ ਕਲੰਕਿਤ ਕਰ ਰਹੀਆਂ ਹੈਗੀਆਂ, ਜਿਹੜੀਆਂ ਬੱਚੀਆਂ ਦੇ ਰੇਪ ਹੋ ਰਹੇ ਆ ਫਿਰ ਉਹਨਾਂ ਦੇ ਮਰਡਰ ਕਰ ਦਿੰਦੇ ਆ, ਫਿਰ ਉਸ ਤੋਂ ਉੱਤੋਂ ਦੀ ਮੰਦਭਾਗੀ ਖਬਰ ਇਹ ਹੈਗੀ ਹੈ ਕਿ ਪੁਲਿਸ ਉਹਨਾਂ ਦੇ ਪਰਿਵਾਰ ਨੂੰ ਅੰਦਰ ਬੰਦ ਕਰਕੇ ਉਹਦਾ ਸੰਸਕਾਰ ਕਰ ਦਿੰਦੀ ਆ ਰਾਤੋਂ ਰਾਤ। ਅਸੀਂ ਵੀ ਕਦੇ ਸੁਣਿਆ ਕਿ ਸ਼ਾਮ ਨੂੰ ਦਿਨ ਢਲਣ ਤੋਂ ਬਾਅਦ ਕੋਈ ਸੰਸਕਾਰ, ਸਾਡੀ ਜਿਹੜੀ ਪ੍ਰਥਾ ਹੈਗੀ ਆ ਇੰਡੀਆ ਦੀ ਪ੍ਰਥਾ ਹੈਗੀ ਆ ਉਹਦੇ ਮੁਤਾਬਕ ਸ਼ਾਮ ਨੂੰ ਸੂਰਜ ਢਲਣ ਤੋਂ ਬਾਅਦ ਕੋਈ ਵੀ ਸੰਸਕਾਰ ਨਹੀਂ ਹੋ ਸਕਦਾ, ਰੱਖਣਾ ਪੈਂਦਾ। ਲੇਕਿਨ ਕਿਸ ਤਰੀਕੇ ਮੀਡੀਆ ਨੂੰ ਨਹੀਂ ਜਾਣ ਦਿੱਤਾ ਜਾਂਦਾ, ਉਹਨਾਂ ਦੇ ਘਰਦਿਆਂ ਨਾਲ ਨਹੀਂ ਗੱਲਾਂ ਕਰਨ ਦਿੱਤੀਆਂ ਜਾਂਦੀਆਂ, ਬੜੀਆਂ ਮੰਦਭਾਗੀਆਂ ਖਬਰਾਂ ਹੈਗੀਆਂ ਇਹ। ਔਰ ਇਹ ਵੀ ਜਿਹੜੇ ਨੈਸ਼ਨਲ ਲੈਵਲ ਦੇ ਜਿਹੜੇ ਚੈਨਲ ਹੈਗੇ ਆ, ਕੁਝ ਕੁ ਚੈਨਲ ਹੈ ਜਿਹੜੇ 1-2 ਚੈਨਲ ਹੈ ਜਿਹੜੇ ਇਹ ਖਬਰ ਦਿਖਾ ਰਹੇ ਹੈਗੇ, ਅਦਰਵਾਈਜ਼ ਜਿਹੜੇ ਸਾਰੇ ਜਿੰਨੇ ਵੀ ਚੈਨਲ ਹੈਗੇ ਆ ਉਹ ਚੁੱਪ ਹੈ, ਉਹ ਬਿਲਕੁਲ ਨਹੀਂ ਇਸ ਮੁੱਦੇ ਤੇ ਬੋਲ ਰਹੇ, ਉਹ ਨਾ ਕਿਸਾਨੀ ਦੇ ਮੁੱਦੇ ਤੇ ਬੋਲ ਰਹੇ ਆ ਔਰ ਨਾ ਇਹ ਜਿਹੜੇ ਰੇਪ ਦੀਆਂ ਘਟਨਾਵਾਂ ਹੋ ਰਹੀਆਂ ਹੈਗੀਆਂ ਇਸ ਮੁੱਦੇ ਤੇ ਬੋਲ ਰਹੇ ਆ। ਔਰ ਪੰਜਾਬ ਦੇ ਵਿੱਚ ਜਿਹੜੀ ਮੈਂ ਗੱਲ ਕਰਾਂ ਤਾਂ ਜਿਹੜੀ ਕਾਨੂੰਨ ਦੀ ਅਵਸਥਾ ਦਿਨ ਬਾ ਦਿਨ ਜਿਹੜੀ ਵਿਗੜਦੀ ਜਾ ਰਹੀ ਹੈਗੀ ਹੈ, ਇੱਕ ਪੰਜਾਬ ਦੇ ਵਿੱਚ ਇੱਕ ਨੂਰਪੁਰ ਬੇਦੀ ਪਿੰਡ ਦੇ ਨਾਲ ਹੀ ਇੱਕ ਬਦ ਨੂੜ ਪਿੰਡ ਹੈਗਾ, ਉੱਥੇ ਰਾਤ ਇੱਕ ਘਟਨਾ ਵਾਪਰੀ ਕਿ 19 ਲੱਖ ਰੁਪਈਆ ਉਹ ਜਿਹੜਾ ਮੇਨ ਸ਼ਟਰ ਹੁੰਦਾ ਉਹਨੂੰ ਗੈਸ ਸਿਲੰਡਰ ਦੇ ਨਾਲ ਵੱਢ ਕੇ ਉੱਥੋਂ 19 ਲੱਖ ਰੁਪਈਆ ਜਿਹੜਾ ਵਿਅਕਤੀਆਂ ਵੱਲੋਂ ਚੋਰੀ ਕਰ ਲਿਆ ਗਿਆ। ਤੇ ਹਰਮੀਤ ਜੀ ਜਿਹੜਾ ਸ਼ਟਰ ਹੈਗਾ ਲੋਹੇ ਦਾ ਸ਼ਟਰ ਹੈ, ਤਾਂ ਉਹਨੂੰ ਵੱਢਣ ਵਾਸਤੇ ਵੱਡਾ ਸਿਲੰਡਰ ਦੀ ਲੋੜ ਪੈਂਦੀ ਹੈ, ਜਿਹੜਾ ਗੈਸ ਸਿਲੰਡਰ ਦੀ ਲੋੜ ਪੈਂਦੀ ਹੈ, ਉਹਦੇ ਨਾਲ ਜਿਹੜੇ ਸੰਦ ਪੈੜਾ ਸਾਨੂੰ ਚਾਹੀਦਾ ਹੈਗਾ ਜਿਹੜਾ ਉਹਨੂੰ ਵੱਢਣ ਵਾਸਤੇ ਜਾਂ ਉਹਨੂੰ ਦੇ, ਕਿੰਨੇ ਬੰਦੇ ਆਏ ਹੋਣਗੇ, ਕਿੰਨਾ ਚਿਰ ਲੱਗਿਆ ਹੋਊਗਾ, ਕਿਹੜੀ ਥਾਂ ਦੇ ਉੱਤੇ ਉਹ ਜਿਹੜਾ ATM ਹੈਗਾ ਸਥਿਤ ਹੈਗਾ, ਕਿਉਂਕਿ ਜਿਹੜੀਆਂ ਇਹ ਪ੍ਰਾਈਵੇਟ ਖਾਸ ਕਰਕੇ ਪ੍ਰਾਈਵੇਟ ਬੈਂਕਾਂ ਦੇ ATM ਹੁੰਦੇ ਆ ਜਿਹਨਾਂ ਦੇ ਵਿੱਚ ਇੰਨੇ ਇੰਨੇ ਪੈਸੇ ਹੁੰਦੇ ਆ, ਜਿਹੜੀਆਂ ਪ੍ਰਾਈਵੇਟ ਬੈਂਕਾਂ ਹੈਗੀਆਂ ਇਹ ਪਹਿਲਾਂ ਡਿਸੀਜਨ ਲੈਂਦੀਆਂ ਵੀ ਅਸੀਂ ATM ਲਾਉਣਾ ਕਿੱਥੇ ਹੈ, ਔਰ ATM ਇਹ ਉੱਥੇ ਲਾਉਂਦੀਆਂ ਜਿੱਥੇ ਕਰਾਊਡ ਹੁੰਦਾ, ਜਿੱਥੇ ਕ੍ਰਾਈਮ ਨਾ ਹੋਣ ਦੀ ਸੂਰਤ ਨਾ ਇਹਨਾਂ ਨੂੰ ਕੁਛ ਦੇ, ਤੇ ਜਿੱਥੇ ਇਹ ATM ਲੱਗਿਆ ਹੋਊਗਾ ਉੱਥੇ ਕਿਤੇ ਨੇੜੇ ਘਰ ਨਹੀਂ ਹੋਣਗੇ, ਉੱਥੇ ਕਿਤੇ ਆਵਾਜਾਈ ਨਹੀਂ ਹੋਊਗੀ, ਔਰ ਸ਼ਰੇਆਮ ਇਸ ਤਰੀਕੇ ਡਕੈਤੀ ਕਰ ਲੈਣੀ, 19 ਲੱਖ ਰੁਪਈਆ ਲੈ ਜਾਣਾ ATM ਨੂੰ ਵੱਢ ਕੇ, ਤਾਂ ਪੰਜਾਬ ਦੇ ਵਿੱਚ ਮੈਂ ਕਹਿ ਰਿਹਾ ਵੀ ਦਿਨੋ ਦਿਨ ਜਿਹੜੇ ਹੈਗੇ ਆ ਇਹ ਜਿਹੜੇ ਕਾਨੂੰਨ ਅਵਸਥਾ ਹੈਗੀ ਆ ਇਹ ਵਿਗੜਦੀ ਨਜ਼ਰ ਆ ਰਹੀ ਹੈਗੀ ਆ।
ਸੋ ਧਿਆਨ ਦੇਣ ਦੀ ਲੋੜ ਹੈ ਸਰਕਾਰ ਨੂੰ, ਲੇਕਿਨ ਸਰਕਾਰ ਨੂੰ ਹੋਰ ਹੀ ਮੁੱਦਿਆਂ ਤੋਂ ਟਾਈਮ ਨਹੀਂ। ਹੁਣ ਕੈਪਟਨ ਅਮਰਿੰਦਰ ਸਿੰਘ ਹੋਰੀ ਅੱਜ ਕੀ ਕਰ ਰਹੇ ਹੈ, ਪੰਜਾਬ ਦੇ ਵਿੱਚ 150 ਦੇ ਤਕਰੀਬਨ 150 ਹਾਂ 150 ਖੇਡ ਸਟੇਡੀਅਮ ਦਾ ਜਿਹੜਾ ਨੀਂਹ ਪੱਥਰ ਰੱਖ ਰਹੇ ਹੈਗੇ ਆ। 150 ਖੇਡ ਸਟੇਡੀਅਮ ਬਣਾਇਆ ਜਾ ਰਿਹਾ ਹੈਗਾ, ਜਿਹੜੀ 150 ਖੇਡ ਸਟੇਡੀਅਮ ਬਣਾਇਆ, ਬਿਲਕੁਲ 150 ਖੇਡ ਸਟੇਡੀਅਮ ਬਣਾਇਆ ਜਾ ਰਿਹਾ ਪੰਜਾਬ ਦੇ ਵਿੱਚ, ਔਰ ਵਰਚੁਅਲ ਤਰੀਕੇ ਦੇ ਨਾਲ ਉਹਦਾ ਅੱਜ ਉਦਘਾਟਨ ਕੀਤਾ ਜਾ ਰਿਹਾ ਹੈਗਾ ਸਾਰੇ ਪੰਜਾਬ ਦੇ ਵਿੱਚ। ਔਰ ਕਿਉਂ ਬਣਾਇਆ ਜਾ ਰਿਹਾ, ਉਹਦਾ ਤੱਥ ਇਹ ਸਾਹਮਣੇ ਆਇਆ ਕਿ ਜਿਹੜੀ ਪੰਜਾਬ ਦੀ ਨੌਜਵਾਨੀ ਹੈ ਉਹਨੂੰ ਖੇਡਾਂ ਵੱਲ ਉਤਸ਼ਾਹਿਤ ਕੀਤਾ ਜਾਵੇ। ਖੇਡਾਂ ਵੱਲ ਉਤਸ਼ਾਹਿਤ ਹਰਮੀਤ ਜੀ ਅਸੀਂ ਤਾਂ ਹੀ ਨੌਜਵਾਨ ਨੂੰ ਕਰ ਸਕਦੇ ਹਾਂ ਜੇਕਰ ਨੌਜਵਾਨ ਦਾ ਮਾਇੰਡ ਸੈੱਟ ਹੋਊਗਾ। ਮਾਇੰਡ ਕਿਉਂ ਸੈੱਟ ਹੋਊਗਾ, ਵੀ ਨੌਜਵਾਨ ਪੜ੍ਹਿਆ ਲਿਖਿਆ, ਨੌਜਵਾਨ ਦੀ MBA ਕੀਤੀ ਹੈ, ਨੌਜਵਾਨ ਦੀ BA ਕੀਤੀ ਹੈ, ਲੇਕਿਨ ਨੌਜਵਾਨ ਕੋਲੇ ਕੋਈ ਰੁਜ਼ਗਾਰ ਨਹੀਂ ਹੈ। ਰੁਜ਼ਗਾਰ ਹੋਊਗਾ, ਮਾਇੰਡ ਰਿਲੈਕਸ ਹੋਊਗਾ ਤਾਂ ਹੀ ਉਹ ਖੇਡ ਸਕੂਗਾ, ਤਾਂ ਹੀ ਆਪਣਾ ਉਹ ਮਨ ਹੈਗਾ ਜਿਹੜਾ ਉਹ ਸਟੇਡੀਅਮ ਦੇ ਵਿੱਚ ਲਾ ਸਕੂਗਾ, ਆਪਣੀ ਸਿਹਤ ਦਾ ਧਿਆਨ ਰੱਖ ਸਕੂਗਾ। ਤੋ ਅਸੀਂ ਵਾਰ ਵਾਰ ਅਪੀਲ ਕਰ ਰਹੇ ਹੈਗੇ ਕਿ ਜਿਹੜਾ ਪੰਜਾਬ ਦੇ ਵਿੱਚ ਮੇਨ ਮੁੱਦਾ ਚੱਲ ਰਿਹਾ ਜਿਹੜਾ ਇਹ ਆਪਣਾ ਕਿਸਾਨੀ ਦਾ ਜਿਹੜਾ ਆਰਡੀਨੈਂਸ ਨੂੰ ਲੈ ਕੇ, ਇਹ ਬੜਾ ਅਹਿਮ ਮੁੱਦਾ ਹੈਗਾ, ਲੋਕਾਂ ਨੂੰ ਸਾਰਿਆਂ ਨੂੰ ਇਸ ਦਾ ਸਾਥ ਦੇਣ ਦੀ ਲੋੜ ਹੈਗੀ ਹੈ, ਕਿਉਂਕਿ ਹੁਣ ਤਾਂ ਫੋਰਨ ਦੇ ਵਿੱਚੋਂ ਵੀ NRI ਜਿਹੜੇ ਸਾਥੀ ਵੀ ਹੈਗੇ ਆ ਸਾਡੇ, ਉਹ ਵੀ ਪੰਜਾਬ ਦਾ ਇਸ ਸਾਥ ਦੇਣ ਨੂੰ ਬਿਲਕੁਲ ਤਿਆਰ ਆ, ਉਹ ਵੀ ਰੈਲੀਆਂ ਕੱਢ ਰਹੇ ਨੇ ਬਾਹਰ। ਔਰ ਇੱਕ ਹੋਰ ਬਹੁਤ ਵੱਡੀ ਖਬਰ ਹੈਗੀ ਹੈ, ਕੱਲ੍ਹ ਪੰਜਾਬ ਦੇ ਪੰਜਾਬ ਪੁਲਿਸ ਨੇ ਇੱਕ ਬਹੁਤ ਵੱਡਾ ਇੱਕ ਡਿਸੀਜਨ ਲਿਆ ਹੈਗਾ, ਇੱਕ ਨੋਟੀਫਿਕੇਸ਼ਨ ਕੀਤਾ ਹੈਗਾ ਕਿ ਪੰਜਾਬ ਦੇ ਵਿੱਚ ਜਿੱਥੇ ਵੀ ਧਰਨੇ ਲੱਗੇ ਹੋਣਗੇ, ਖਾਸ ਕਰਕੇ ਕਿਸਾਨੀ ਦੇ ਮਸਲੇ ਨੂੰ ਲੈ ਕੇ ਜਿੱਥੇ ਵੀ ਧਰਨੇ ਲੱਗੇ ਹੋਣਗੇ, ਉੱਥੇ ਅਸਲਾ ਜਿਹੜਾ ਹੈਗਾ, ਚਾਹੇ ਉਹ ਪੰਜਾਬ ਪੁਲਿਸ ਹੈਗੀ ਹੈ, ਚਾਹੇ ਉਹ ਕਿਸੇ BJP ਲੀਡਰ ਦਾ ਕੋਈ ਗਨਮੈਨ ਹੈ ਜਾਂ ਕੁਛ ਵੀ ਹੈ, ਉਹਨਾਂ ਦੇ ਘਰ ਦੇ ਬਾਹਰ ਸਿਕਿਉਰਿਟੀ ਲਾ ਦਿੱਤੀ ਗਈ ਹੈ, ਲੇਕਿਨ ਜਿਹੜੀ ਧਰਨੇ ਵਾਲੀ ਥਾਂ ਤੋਂ ਉੱਥੋਂ ਜਿਹੜੀ ਅਸਲੇ ਦੀ ਜਿਹੜੀ ਹੈਗੀ ਉਹ ਪਾਬੰਦੀ ਕਰ ਦਿੱਤੀ ਗਈ ਹੈ। ਕਿਉਂ ਕੀਤੀ ਗਈ ਹੈ, ਕਿਉਂਕਿ ਉੱਥੇ ਇਹ ਹੈ ਵੀ ਮਾਹੌਲ ਜਿਹੜਾ ਹੁੰਦਾ ਹੈ ਉਦੋਂ ਹਜੂਮ ਹੁੰਦਾ, ਹਜੂਮ ਨੇ ਕਿਹੜੇ ਪਾਸੇ ਤੁਰਨਾ ਹੁੰਦਾ, ਕਿਉਂਕਿ ਬਹਿਬਲ ਕਲਾਂ ਜੇ ਆਪਾਂ ਗੋਲੀਕਾਂਡ ਦੀ ਗੱਲ ਕਰ ਲਈਏ ਤਾਂ ਉੱਥੇ ਗਰਮੀ ਸੀਗੀ, ਉੱਥੇ ਵੀ ਜੋਸ਼ ਸੀਗਾ ਸਿੱਖ ਸੰਗਤਾਂ ਦੇ ਵਿੱਚ, ਜੋਸ਼ ਸੀਗਾ, ਔਰ ਉੱਥੇ ਦੂਸਰੇ ਪਾਸੇ ਪੁਲਿਸ ਸੀਗੀ, ਪੁਲਿਸ ਕੋਲੇ ਆਪਦਾ ਹਥਿਆਰ ਸੀਗੇ, ਤਾਂ ਇਸ ਕਰਕੇ ਕੋਈ ਉਹੋ ਜਿਹੀ ਕੋਈ ਅਣਸੁਖਾਵੀ ਘਟਨਾ ਨਾ ਵਾਪਰੇ। ਵਧੀਆ ਡਿਸੀਜਨ ਲਿਆ ਗਿਆ ਹੈਗਾ ਵੀ ਜਿਹੜਾ ਉੱਥੇ ਧਰਨਿਆਂ ਦੇ ਨੇੜੇ ਕੋਈ ਜਿਹੜਾ ਹਥਿਆਰ ਹੈਗੇ ਉੱਥੇ ਨਾ ਯੂਜ਼ ਹੋਣ, ਔਰ ਜੇਕਰ ਯੂਜ਼ ਹੋਣ ਤਾਂ ਉੱਥੇ ਉਹ ਉੱਥੇ ਨੋਟ ਕਰਵਾਏ ਜਾਣ, ਉਹਨਾਂ ਨੂੰ SSP ਆਫਿਸ ਦੇ ਲੈਵਲ ਤੇ, ਡਿਸਟ੍ਰਿਕਟ ਲੈਵਲ ਤੇ ਨੋਟ ਕਰਵਾਏ ਜਾਣਗੇ ਕਿ ਆਹ ਹਥਿਆਰ ਉਸ ਥਾਂ ਦੇ ਉੱਤੇ ਜਾ ਰਿਹਾ ਹੈਗਾ। ਤੋ ਅਸੀਂ ਵਾਰ ਵਾਰ ਅਪੀਲ ਕਰ ਰਹੇ ਹਾਂ ਲੋਕਾਂ ਨੂੰ ਕਿ ਪੰਜਾਬ ਦੇ ਵਿੱਚ ਕਿਸਾਨੀ ਦਾ ਮੁੱਦਾ ਬਹੁਤ ਇੱਕ ਅਹਿਮ ਮੁੱਦਾ ਹੈਗਾ, ਔਰ ਸੰਸੀਅਰਲੀ ਹੋ ਕੇ ਸਾਨੂੰ ਕਿਸਾਨਾਂ ਦਾ ਸਾਨੂੰ ਸਾਥ ਦੇਣਾ ਚਾਹੀਦਾ। ਔਰ ਜਿਹੜੀਆਂ ਇਹ ਜਥੇਬੰਦੀਆਂ ਖਾਸ ਕਰਕੇ ਪੋਲੀਟੀਕਲ ਪਾਰਟੀਆਂ ਹੈਗੀਆਂ, ਅਸੀਂ ਇਹਨਾਂ ਨੂੰ ਵੀ ਅਪੀਲ ਕਰ ਰਹੇ ਹਾਂ ਕਿ ਇੱਕ ਮੰਚ ਤੇ ਇਕੱਠੇ ਹੋ ਵਾਰ ਵਾਰ, ਚਾਹੇ ਉਹ ਕੋਈ ਗਾਇਕ ਹੈ, ਚਾਹੇ ਉਹ ਕੋਈ, ਕਿਉਂਕਿ ਸਾਰੇ ਸੜਕਾਂ ਤੇ ਆਏ ਹੋਏ ਆ, ਗਾਇਕ ਸੜਕਾਂ ਤੇ ਆਏ ਹੋਏ ਆ, ਕਿਸਾਨ ਸੜਕਾਂ ਤੇ ਆਏ ਹੋਏ ਆ, ਪੋਲੀਟੀਕਲ ਲੀਡਰ ਸੜਕਾਂ ਤੇ ਆਏ ਹੋਏ, ਜੇਕਰ ਸਾਰੇ ਇਕੱਠੇ ਹੋਣਗੇ ਤਾਂ ਫਿਰ ਤਾਂ ਕੁਛ ਨਾ ਕੁਛ ਪੰਜਾਬ ਦਾ ਕੁਛ ਵੱਟਿਆ ਜਾ ਸਕਦਾ, ਪੰਜਾਬੀ ਦੇ ਲਫ਼ਜ਼ਾਂ ਦੇ ਵਿੱਚ ਜੇਕਰ ਗੱਲ ਕਰੀਏ। ਨਹੀਂ ਤਾਂ ਇਹ ਜਿਹੜਾ ਆਰਡੀਨੈਂਸ ਹੈ, ਤੁਹਾਨੂੰ ਪਤਾ ਜਦੋਂ ਰਾਸ਼ਟਰਪਤੀ ਦੇ ਸਾਈਨ ਹੋ ਜਾਣ, ਕਾਨੂੰਨ ਪਾਸ, ਇਹ ਇੱਕ ਜਾਣ ਤੋਂ ਪਹਿਲੇ ਮੈਂ ਆਪਣੇ ਦਰਸ਼ਕਾਂ ਨੂੰ ਇਹ ਵੀ ਜ਼ਰੂਰ ਦੱਸਣਾ ਚਾਹਵਾਂ, ਇਹ ਇਕੱਲਾ ਕਾਨੂੰਨ ਇੱਕ ਆਰਡੀਨੈਂਸ ਨਹੀਂ ਆਇਆ, ਇਹਦੇ ਚ ਇੱਕ ਸਾਜਿਸ਼ ਹੈ। ਸਾਜਿਸ਼ ਜਿਹੜੀ ਹੈਗੀ ਹੈ ਇਹ ਪੰਜਾਬ ਖਤਮ ਕਰਨ ਦੀ ਹੈ, ਪੰਜਾਬੀਆਂ ਨੂੰ ਖਤਮ ਕਰਨ ਦੀ ਹੈ। ਪੰਜਾਬੀ ਆਪਣੇ ਆਪ ਹੀ ਇਸ ਕਾਨੂੰਨ ਦੇ ਤਹਿਤ ਕਰਜਾਈ ਹੋ ਜਾਂਦੇ ਆਪਣੀਆਂ ਜ਼ਮੀਨਾਂ ਦੇ ਹੁੰਦਿਆਂ ਹੋਇਆਂ। ਇਹ ਇਹੋ ਜਿਹਾ ਕਾਨੂੰਨ ਹੈਗਾ ਕਿ ਇਸ ਕਾਨੂੰਨ ਦੇ ਹੁੰਦਿਆਂ ਤੁਸੀਂ ਆਪਣੀ ਜ਼ਮੀਨ ਦੇ ਮਾਲਕ ਨਹੀਂ ਰਹਿੰਦੇ। ਇਸ ਕਾਨੂੰਨ ਦੇ ਹੁੰਦਿਆਂ ਜਿਸ ਤਰੀਕੇ ਨਾਲ ਤੁਸੀਂ ਕਿਹਾ ਕਿ ਇਹ ਜਿਹੜੀ ਵੱਧ ਤੋਂ ਵੱਧ ਅਗਰ ਤੁਹਾਨੂੰ ਕੋਈ ਡਿਸਪਿਊਟ ਹੈਗਾ ਤੇ ਆਪਣਾ ਡਿਸਪਿਊਟ ਲੈ ਕੇ ਤੁਸੀਂ DC ਆਫਿਸ ਤੱਕ ਜਾ ਸਕਦੇ ਹੋ, ਮੈਕਸੀਮਮ ਕਿਸੇ ਅਦਾਲਤ ਚ ਕਿਸੇ ਕੋਰਟ ਚ ਨਹੀਂ ਜਾ ਸਕਦੇ। ਤੇ ਇਸ ਕਾਨੂੰਨ ਕਿੰਨਾ ਸੋਹਣਾ ਉਹਨਾਂ ਨੇ ਬਣਾਇਆ ਆਪਣੇ ਜਿਹੜੇ ਕਾਰਪੋਰੇਟ ਘਰਾਣਿਆਂ ਲਈ ਕਿ ਜਿੱਥੇ ਅੱਜ ਤੋਂ ਪਹਿਲੇ ਕੋਈ ਬੰਦਾ ਆਲੂ ਪਿਆਜ਼ ਸਟੋਰ ਨਹੀਂ ਸੀ ਕਰ ਸਕਦਾ, ਹੁਣ ਕਿੰਨੀ ਖੁੱਲ੍ਹ ਦੇ ਦਿੱਤੀ ਹੈ ਕਿ ਜਿੰਨੀ ਮਰਜ਼ੀ ਤੁਸੀਂ ਲੁੱਟ ਕਰ ਸਕਦੇ ਹੋ, ਜਿੰਨਾ ਮਰਜ਼ੀ ਸਟੋਰ ਕਰੋ, ਜਿੰਨਾ ਮਰਜ਼ੀ ਮਹਿੰਗਾ ਕਰੋ ਤੇ ਜਦੋਂ ਮਰਜ਼ੀ ਕਰ ਦਿਓ। ਸਿਰਫ ਕਾਰਪੋਰੇਟ ਘਰਾਣਿਆਂ ਨੂੰ ਉਹਨਾਂ ਦੇ ਮੁਫਾਦ ਨੂੰ ਧਿਆਨ 'ਚ ਰੱਖਦਿਆਂ ਹੋਇਆਂ ਇਹ ਸਾਰੇ ਕਾਨੂੰਨ ਦੀਆਂ ਧੱਜੀਆਂ ਉਡਾ ਕੇ ਕਾਨੂੰਨ ਹੀ ਉਹਨਾਂ ਦੇ ਹਿਸਾਬ ਨਾਲ ਬਣਾ ਦਿੱਤਾ ਗਿਆ ਇਹਦੇ ਵਿੱਚ।
ਬਿਲਕੁਲ ਹਰਮੀਤ ਜੀ, ਤੁਹਾਡੇ ਕੋਲ ਸਮਾਂ ਘੱਟ ਆ, ਮੈਂ ਜਾਂਦਿਆਂ ਜਾਂਦਿਆਂ ਮੈਂ ਵੀ ਇੱਕ ਗੱਲ ਇੱਥੇ ਸ਼ੇਅਰ ਜ਼ਰੂਰ ਕਰਨੀ ਚਾਹੂੰਗਾ ਕਿ ਜਿਹੜਾ ਇਹ ਕਾਨੂੰਨ ਹੈ ਇਹਦੇ ਵਿੱਚ ਸਭ ਤੋਂ ਵੱਧ ਜਿਹੜਾ ਨੁਕਸਾਨ ਹੈ, ਇਹਨਾਂ ਨੇ ਕੀ ਕਰਨਾ ਹੈਗਾ ਕਿ ਤੁਸੀਂ ਫਸਲ ਲੈ ਕੇ ਮਾਰਕੀਟ ਕਮੇਟੀ ਜਾਂਦੇ ਹੋ, ਸਰਕਾਰੀ ਮੰਡੀ ਦੇ ਵਿੱਚ ਫਸਲ ਲੈ ਕੇ ਜਾਂਦੇ ਹੋ, ਉੱਥੇ ਤੁਹਾਡੀ ਫਸਲ ਦਾ ਰੇਟ 100 ਰੁਪਏ, ਪਰ ਉਸ ਤੋਂ ਬਾਹਰ ਜਿਹੜੀ ਦੁਕਾਨ ਲੱਗੀ ਹੋਈ ਹੈ ਉੱਥੇ ਉਸ ਫਸਲ ਦਾ ਤੁਹਾਨੂੰ ਮੁੱਲ ਮਿਲਣਾ 200 ਰੁਪਇਆ। ਔਰ ਕਿਸਾਨ ਜਿਹੜੇ ਛੋਟੇ ਕਿਸਾਨ ਹੈਗੇ ਆ, ਜਿਹੜੇ ਖਾਸ ਕਰਕੇ 2 ਕਿੱਲਿਆਂ ਵਾਲੇ, 5 ਕਿੱਲਿਆਂ ਵਾਲੇ, 10 ਕਿੱਲਿਆਂ ਵਾਲੇ, ਤਾਂ ਬੜੀ ਮਿਹਨਤ ਕਰਦੇ ਹੈਗੇ, ਆਪਣੀ ਫਸਲ ਨੂੰ ਪਾਲਦੇ ਹੈਗੇ ਆ, ਉਹ ਬਜਾਏ ਇਸ ਦੇ ਕਿ 100 ਰੁਪਏ ਦੀ ਫਸਲ ਵੇਚਣ, ਉਹ 200 ਰੁਪਏ ਦੀ ਫਸਲ ਵੇਚਣਗੇ। ਇਸ ਤਰੀਕੇ ਜਿਹੜੇ ਇਹ ਆਰਡੀਨੈਂਸ ਹੈਗੇ ਆ, ਜਾਂ ਵੱਡੇ ਘਰਾਣੇ ਹੈਗੇ ਆ ਜਿਨ੍ਹਾਂ ਦਾ ਨਾਂ ਲਿਆ ਜਾ ਰਿਹਾ ਡਾਇਰੈਕਟਲੀ, ਅੰਡਾਨੀ ਅਬਾਨੀ ਹੈਗੇ ਆ ਜਿਹੜੇ, ਇਹ ਪਹਿਲਾਂ ਉਹਨਾਂ ਨੂੰ ਭੁੱਸ ਪਾ ਦੇਣਗੇ ਜਿਹੜੀਆਂ ਇਹਨਾਂ ਦੀਆਂ ਫਸਲਾਂ ਹੈਗੀਆਂ, 200-200 ਰੁਪਏ ਤਰੀਕੇ ਨਾਲ ਚੱਕ ਲੈਣਗੇ, ਪਰ ਜਦੋਂ ਉਹ ਉਹਨਾਂ ਦੇ ਨਾਲ ਅਟੈਚ ਹੋ ਗਏ ਉਸ ਤੋਂ ਬਾਅਦ ਉਹ ਜਿਹੜੇ ਕਿਸਾਨ ਆ ਆਪਣੀਆਂ ਜ਼ਮੀਨਾਂ ਦੇ ਮਾਲਕ ਨਹੀਂ ਰਹਿਣਗੇ, ਉਹ ਮਾਲਕ ਉਹ ਬਣ ਜਾਣਗੇ, ਉਹ ਸਿਰਫ ਇੱਕ ਦਿਹਾੜੀਦਾਰ ਬਣ ਕੇ ਰਹਿ ਜਾਣਗੇ। ਇਹ ਸਾਰੀਆਂ ਜਿਹੜੀਆਂ ਯੂਨੀਅਨਾਂ ਹੈਗੀਆਂ ਔਰ ਸਾਰਿਆਂ ਨੂੰ ਇਸ ਜਿਹੜਾ ਜਿਹੜੇ ਇਹ ਕਾਨੂੰਨ ਆਏ ਹੈਗੇ ਆ, ਆਰਡੀਨੈਂਸ ਆਇਆ ਹੈਗਾ, ਇਹਦਾ ਵਿਰੋਧ ਕਰਨ ਦੀ ਲੋੜ ਹੈਗੀ ਹੈ। ਔਰ ਆਪ ਪਾਰਟੀ ਦਾ ਮੈਂ ਜ਼ਿਕਰ ਕਰਨਾ ਭੁੱਲ ਗਿਆ, ਭਗਵੰਤ ਮਾਨ ਹੋਰਾਂ ਨੇ ਇੱਕ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਗ੍ਰਾਮ ਸਭਾ ਦੀ, ਕਿਉਂਕਿ ਇਹਦੇ ਵਿੱਚ ਇੱਕ ਇੱਕ ਹੈਗਾ, ਇੱਕ ਰੂਲ ਹੈਗਾ ਕਿ ਜਿਹੜੀਆਂ ਗ੍ਰਾਮ ਸਭਾਵਾਂ ਹੁੰਦੀਆਂ ਸਾਡੇ ਪਿੰਡਾਂ ਦੇ ਵਿੱਚ, ਇੱਕ ਪੰਚਾਇਤ ਹੁੰਦੀ ਹੈ, ਇੱਕ ਗ੍ਰਾਮ ਪੰਚਾਇਤ ਹੁੰਦੀ ਹੈ, ਗ੍ਰਾਮ ਸਭਾਵਾਂ ਹੁੰਦੀਆਂ ਹੈਗੀਆਂ, ਉਹਨਾਂ ਵੱਲੋਂ ਜੇਕਰ ਦਸਤਕ ਕਰਕੇ ਮਤੇ ਪਾਸ ਕਰਕੇ ਜੇਕਰ ਰਾਜਪਾਲ ਨੂੰ ਦਿੱਤੇ ਜਾਂਦੇ ਆ ਤਾਂ ਕੋਈ ਵੱਡੀ ਗੱਲ ਨਹੀਂ ਹੈ, ਜਿਹੜਾ ਇਹ ਰੂਲ ਹੈਗਾ ਇਹ ਸਾਡੀਆਂ ਸਟੇਟ ਦੇ ਵਿੱਚੋਂ ਖਤਮ ਹੋ ਸਕਦਾ ਹੈਗਾ। ਔਰ ਸੀਐਮ ਕੋਲੇ ਵੀ ਕਈ ਪਾਵਰ ਹੁੰਦੀ ਹੈਗੀ ਆ ਕਿ ਇਹ ਜਿਹੜਾ ਵਿਧਾਨ ਸਭਾ ਦੇ ਵਿੱਚ ਉਹ ਉਹਨੂੰ ਰੱਦ ਕਰ ਸਕਦੇ ਨੇ। ਬਿਲਕੁਲ, ਇਹ ਸੀਐਮ ਕੋਲ ਬਿਲਕੁਲ ਕੈਬਨਿਟ ਦੇ ਵਿੱਚ, ਵਿਧਾਨ ਸਭਾ ਦੇ ਵਿੱਚ, ਔਰ ਇਹ ਕੈਪਟਨ ਅਮਰਿੰਦਰ ਸਿੰਘ ਸੀਐਮ ਪੰਜਾਬ, ਜਿਸ ਤਰੀਕੇ ਪਤਾ ਲੱਗਿਆ ਸੂਤਰਾਂ ਦੇ ਮੁਤਾਬਕ ਕਿ ਰਾਜਸਥਾਨ ਦੇ ਵਿੱਚ ਉਹਨਾਂ ਨੇ ਇੱਕੋ ਮੰਡੀ ਕਰਤੀ ਹੈ, ਉਹਨਾਂ ਨੇ ਇਹ ਨਹੀਂ ਕਿਹਾ ਵੀ ਅਸੀਂ ਨਹੀਂ ਇਹ ਜਿਹੜਾ ਆਰਡੀਨੈਂਸ ਆ ਅਸੀਂ ਆਪਦੇ ਰਾਜਸਥਾਨ ਦੇ ਵਿੱਚ ਲਾਗੂ ਨਹੀਂ ਕਰਨ ਦੇਣਾ। ਔਰ ਉਸੇ ਤਰੀਕੇ ਸੂਬੇ ਦੇ ਮੁੱਖ ਮੰਤਰੀ ਕੋਲੇ ਕੋਈ ਨਾ ਕੋਈ ਅਖਤਿਆਰ ਜ਼ਰੂਰ ਹੋਣਗੇ ਕਿ ਜਿਹੜਾ ਵੀ ਡਿਸੀਜਨ ਲੈਣਾ ਹੈਗਾ ਜਾਂ ਘਾਟਾ ਜਾਂ ਵਾਧਾ ਕੁਛ ਵੀ ਕਰਨਾ ਹੈਗਾ, ਤਾਂ ਸਾਨੂੰ ਅਸੀਂ ਅਪੀਲ ਕਰਦੇ ਹਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਕਿ ਇਸ ਜਿਹੜਾ ਵਿਸ਼ੇ ਦੇ ਉੱਤੇ ਗੌਰ ਕਰਨੀ ਚਾਹੀਦੀ ਹੈ। ਔਰ ਜਥੇਬੰਦੀਆਂ ਨੂੰ, ਗਾਇਕਾਂ ਨੂੰ, ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਇੱਕ ਮੰਚ ਤੇ ਇਕੱਠੇ ਹੋ ਕੇ ਇਸ ਦਾ ਵਿਰੋਧ ਕਰੋ ਔਰ ਦਿੱਲੀ ਵੱਲ ਕੂਚ ਕਰੋ, ਜਿੰਨਾ ਚਿਕਰ ਦਿੱਲੀ ਵੱਲ ਤੁਸੀਂ ਕੂਚ ਨਹੀਂ ਕਰਦੇ ਚੰਡੀਗੜ੍ਹੋਂ ਤੁਹਾਨੂੰ ਕੁਛ ਨਹੀਂ ਮਿਲਣਾ। ਮਿਲਣਾ ਜੇ ਕੁਛ ਮਿਲਣਾ ਤਾਂ ਉਹ ਦਿੱਲੀਓਂ ਮਿਲਣਾ, ਕਿਉਂਕਿ ਦਿੱਲੀਓਂ ਚੱਲਿਆ ਇਹ ਔਰ ਦਿੱਲੀਓਂ ਮਿਲਣਾ। ਔਰ ਪਿਛਲੀ ਵਾਰੀ ਵੀ ਮੈਂ ਜ਼ਿਕਰ ਕੀਤਾ ਸੀਗਾ ਕਿ ਜਥੇਬੰਦੀਆਂ ਦਾ ਇਹ ਕਹਿਣਾ ਹੈਗਾ ਕਿ ਜੇਕਰ ਦਿੱਲੀ ਦੀ ਸਪਲਾਈ ਹੈ, ਜੇਕਰ ਅਸੀਂ ਇੱਕ ਦਿਨ ਲਈ ਬੰਦ ਕਰ ਦਈਏ ਉਹਨਾਂ ਦਾ ਖਾਣ ਪੀਣ ਜਿਹੜਾ ਪੰਜਾਬ ਚੋਂ ਜਾਂਦਾ, ਜਿਹੜਾ ਹਿਮਾਚਲ ਚੋਂ ਜਾਂਦਾ, ਜਿਹੜਾ ਰਾਜਸਥਾਨ ਚੋਂ ਜਾਂਦਾ, ਜੇਕਰ ਅਸੀਂ ਉਹਨਾਂ ਦਾ ਇੱਕ ਦਿਨ ਲਈ ਬੰਦ ਕਰ ਦਈਏ ਨਾ, ਤਾਂ ਦਿੱਲੀ ਦੀਆਂ ਨਾਸਾਂ ਦੇ ਵਿੱਚ ਧੂੰਆਂ ਆ ਜਾਊਗਾ, ਦਿੱਲੀ ਹਿੱਲ ਜਾਊਗੀ। ਔਰ ਅਸੀਂ ਵੀ ਵਾਰ ਵਾਰ ਅਪੀਲ ਕਰ ਰਹੇ ਹੈਗੇ ਹਾਂ ਕਿ ਜਿਹੜੇ ਉੱਥੇ ਲੋਕ ਦਿੱਲੀ ਬੈਠੇ ਹੈਗੇ ਆ ਉਹ ਵੀ ਸਾਡੇ ਵਰਗੇ ਲੋਕ ਹੈਗੇ ਨੇ, ਸਾਡੇ ਭਾਈ ਹੈਗੇ ਨੇ, ਲੇਕਿਨ ਜਿਹੜੇ ਕਾਨੂੰਨ ਬਣਾਉਣ ਵਾਲੇ ਹੈਗੇ ਨੇ ਅਸੀਂ ਉਹਨਾਂ ਨੂੰ ਅਪੀਲ ਕਰਦੇ ਹਾਂ ਦਰਸ਼ਕਾਂ ਦੇ ਰਾਹੀਂ ਕਿ ਜਿਹੜਾ ਇਹ ਕਾਨੂੰਨ ਬਣਾਇਆ, ਆਰਡੀਨੈਂਸ ਬਣਾਇਆ, ਇਹਦੇ ਤੇ ਵਿਚਾਰ ਕਰੋ, ਇਹਦੇ ਤੇ ਕੋਈ ਨਾ ਕੋਈ ਇਹਦੇ 'ਚ ਅਮੈਂਡਮੈਂਟ ਕਰੋ, ਉਹ ਇਸ ਤਰੀਕੇ ਕਰੋ ਕਿ ਜਿਹੜਾ ਕਿਸਾਨ ਹੈਗਾ, ਖਾਸ ਕਰਕੇ ਨਿੱਕਾ ਕਿਸਾਨ ਹੈਗਾ, ਉਹਦਾ ਫਾਇਦਾ ਹੋਵੇ ਔਰ ਉਹਦਾ ਨੁਕਸਾਨ ਨਾ ਹੋਵੇ, ਔਰ ਆਪਣੀ ਉਹ ਰੋਜ਼ੀ ਰੋਟੀ ਹੈਗੀ ਆ, ਉਹਦੀ ਜਿਹੜੀ ਜ਼ਮੀਨ ਹੈਗੀ ਆ ਜਿਹੜੀ ਉਹ ਪੜਦਾਦਿਆਂ ਤੋਂ ਚੱਲਦੀ ਆ ਰਹੀ ਆ, ਉਹਦੇ ਮਾਲਕ ਉਸੇ ਤਰੀਕੇ ਬਣੇ ਰਹਿਣ। ਬਿਲਕੁਲ ਠੀਕ, ਬਹੁਤ ਸ਼ੁਕਰੀਆ ਤੁਹਾਡਾ ਮਨਦੀਪ ਲੱਖੀ ਜੀ ਇਸ ਸਾਰੇ ਹਾਲਾਤ ਤੋਂ ਜਾਣੂ ਕਰਵਾਉਣ ਲਈ, ਤੇ ਆਪਣੇ ਦਰਸ਼ਕਾਂ ਨੂੰ, ਦੇਖਣ ਵਾਲੇ ਪੰਜਾਬ ਦੇ ਇਹਨਾਂ ਸਾਰੇ। ਡੀਅਰ ਫਰੈਂਡਸ, ਆਈ ਐਮ ਨਵਨੀਤ ਜੈਨ, ਮੈਨੇਜਿੰਗ ਡਾਇਰੈਕਟਰ ਐਟ ਜੈਨਸ ਇੰਟਰਨੈਸ਼ਨਲ ਆਇਲਸ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਫਰੀਦਕੋਟ, ਐਂਡ ਫਰੋਮ ਲਾਸਟ 5 ਈਅਰਸ ਵੀ ਆਰ ਇਨਟੂ ਦਿਸ ਇਮੀਗ੍ਰੇਸ਼ਨ ਬਿਜ਼ਨਸ। ਵੀ ਆਰ ਆਥੋਰਾਈਜ਼ਡ ICCRC ਏਜੰਟਸ, ਐਂਡ ਕੰਟਰੀਜ਼ ਵੀ ਆਰ ਡੀਲਿੰਗ ਰਾਈਟ ਨਾਓ ਇਜ਼ ਕੈਨੇਡਾ, ਆਸਟ੍ਰੇਲੀਆ, UK ਐਂਡ ਸਮ ਪਾਰਟਸ ਆਫ ਜਰਮਨੀ। ਤੁਸੀਂ ਸਾਡੇ ਕੋਲ ਵਿਜ਼ਿਟ ਕਰ ਸਕਦੇ ਹੋ ਕਿਸੇ ਵੀ ਵੀਜ਼ਾ ਰਿਲੇਟਡ ਇਨਕੁਆਇਰੀ ਲਈ, ਆਇਲਸ ਕਲਾਸਿਸ ਲਈ, PTE ਕਲਾਸਿਸ ਲਈ। ਐਂਡ ਮੈਂ ਤੁਹਾਨੂੰ ਇਸ ਚੀਜ਼ ਦੀ ਅਸ਼ੋਰੈਂਸ ਦਿੰਦਾ ਕਿ ਤੁਸੀਂ ਸਾਡੇ ਕੋਲ ਆਉਂਗੇ ਤਾਂ ਬਿਲਕੁਲ ਵੀ ਡਿਸਅਪੁਆਇੰਟ ਨਹੀਂ ਹੋਵੋਗੇ। ਵੀ ਆਰ ਡੂਇੰਗ ਵੈਰੀ ਔਥੈਂਟਿਕ ਵਰਕ, ਅਸੀਂ ਕਿਸੇ ਤਰੀਕੇ ਦੀ ਕੋਈ ਬਲੱਫਬਾਜ਼ੀ, ਕਿਉਂਕਿ ਆਲਰੇਡੀ ਇਸ ਲਾਈਨ ਦੇ ਅੰਦਰ ਕਾਫੀ ਲੋਕਾਂ ਨਾਲ ਕਈ ਤਰ੍ਹਾਂ ਦੇ ਧੋਖੇ ਵੀ ਹੋ ਜਾਂਦੇ ਆ ਅਤੇ ਕਈ ਤਰ੍ਹਾਂ ਦੇ ਠੱਗੀਆਂ ਦਾ ਵੀ ਸਾਹਮਣਾ ਕਰਨਾ ਪੈਂਦਾ ਲੋਕਾਂ ਨੂੰ, ਬਟ ਤੁਸੀਂ ਸਾਡੇ ਕੋਲ ਆਉਂਗੇ ਇਸ ਤਰੀਕੇ ਦੀ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਏਗੀ। ਐਂਡ ਮੋਰ ਓਵਰ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਫਰੋਮ ਲਾਸਟ 15 ਈਅਰਸ ਵੀ ਆਰ ਇਨ ਟੂ ਅਦਰ ਬਿਜ਼ਨਸ ਆਲਸੋ। ਇਮੀਗ੍ਰੇਸ਼ਨ ਲਾਈਨ ਦੇ ਅੰਦਰ ਅਸੀਂ ਪਿਛਲੇ 5 ਸਾਲਾਂ ਤੋਂ ਕੰਮ ਕਰ ਰਹੇ ਹਾਂ, ਅਸੀਂ ਆਥੋਰਾਈਜ਼ ਏਜੰਟਸ ਹੈ, ਲਾਇਸੈਂਸ ਹੋਲਡਰਸ ਹੈ। ਡੂ ਵਿਜ਼ਿਟ ਅਸ ਵੰਸ ਫੋਰ ਯੋਰ ਬੈਟਰਮੈਂਟ ਆਫ ਯੋਰ ਚਾਈਲਡ, ਫੋਰ ਬੈਟਰਮੈਂਟ ਆਫ ਯੋਰ ਸੈਲਫ, ਐਨੀ ਕਾਇੰਡ ਆਫ PR ਰਿਲੇਟਡ ਇਨਕੁਆਇਰੀਜ਼, ਐਨੀ ਕਾਇੰਡ ਆਫ ਵੀਜ਼ਾ ਰਿਲੇਟਡ ਇਨਕੁਆਇਰੀਜ਼, ਪਲੀਜ਼ ਡੂ ਵਿਜ਼ਿਟ ਅਸ। ਥੈਂਕ ਯੂ ਵੈਰੀ ਮਚ।